रविंद्र पैर पीछे। अच्छा हाँ सर, एक मिनट जी, मैंने तो चेक कर लें दो। हाँ चल गया, काफी टाइम बाद आप लेक्चर लेके लाइव हुए हैं, है ना। वैसे तो लाइव होंगे रहने हैं, तो लेक्चर के हवाले ना काफी टाइम बाद लाइव हुए हैं। इस तो बाद जेड़ा मतलब फिर कोई खबर सार लैके भी लाइव हो सकते हैं, पर हाल दी घड़ी लेक्चर दी गल कर लिए, पढ़न पढ़ाउन दी काफी चिर हो गया है। तुहाडे नाल जुड़िया नूं, पढ़न पढ़ाउन दा काम तां चलदा रहिंदा, पर जुड़िया नूं तुहाडे नाल काफी चिर हो चुक्या। बाकी बच्चे जिन्ना चिर नाल जुड़दे पए ने अपने, उन्नी देर लई आपां लाइव मिनट आप चेक कर लीए। हाँ जी, जेडे तुसी ना अपना बराबर कर लो, की कहते होंगे। सत श्रीकाल जी सारे, सत श्रीकाल जी। ठीक आ रहा सारा कुछ? थोड़ा जहा उपर करने वाला है, बिल्कुल दुरुस्त। हाँ जी ठीक है, मेरे ख्याल दे विच सत श्रीकाल जी सारे। बड़े बंदयां नूं बहुत चिर बाद मिले होवांगे, ते सत श्रीकाल, शुक्रिया सारिआं दा जी। बिल्कुल बिल्कुल, सारा कुछ दस दें जी, कदों की शुरू है, सारे बच्चे अपने नाल जुड़ लैण। मैं डॉक्टर हरप्रीत सिंह आगाज़ क्लासेस पटियाला वालों, जिदा कि तुसीं जानदे कि असीं लगभग 2 साल तों मतलब इहदे नाल जुड़े होए हाँ, पढ़न पढ़ाउण दे अनुशासन दे नाल, इंटरनेट दे जरिए। वैसे तां पढ़न पढ़ाउण दे अनुशासन नाल तां काफी टाइम तों, पर इंटरनेट दे जरिए तुहाडे नाल जिहड़ा जुड़े लगभग 2 साल हो चले ने, तां उहदे च बहुत सारे बैच असीं मास्टर ग्रेडर दे, यूजीसी नैट दे बहुत सारे बैच पढ़ पढ़ा लए ने, ते आउण वाले समें च जिहड़ियां स्कूल मास्टर ग्रेडर दीआं जिहड़ियां पोस्टां ने उहनां दे हवाले नाल असीं साडे बैच चलदे पए ने। बहुत सारे बच्चे साडे कोल पढ़ रहे ने, साडे नाल जुड़े होए ने, ਤੇ ਅਸੀਂ ਹੁਣ ਇੱਕ ਕ੍ਰੈਸ਼ ਕੋਰਸ ਜਿਹੜਾ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ। ਮੰਗਲਵਾਰ ਤੋਂ ਦੀ ਪਹਿਲੀ ਕਲਾਸ ਹੋਊਗੀ, ਤੇ ਨਾਲ ਹੀ ਜਿਹੜਾ ਕ੍ਰੈਸ਼ ਕੋਰਸ ਦੇ ਅਸੀਂ ਜਿਹੜਾ ਲਾਈਵ ਜਿਹੜਾ ਪ੍ਰਸ਼ਨ ਉੱਤਰ ਵਾਲਾ ਸਾਡਾ ਇੱਕ ਬੈਚ ਆ ਉਹ, ਤੇ ਮਾਸਟਰ ਗੇਟਰ ਦਾ ਮਤਲਬ ਇੱਕ ਬੈਚ ਸਾਡਾ 4 ਵਜੇ ਈਵਨਿੰਗ ਚੱਲ ਰਿਹਾ। ਇੱਕ ਅਸੀਂ ਮਾਰਨਿੰਗ ਸਟਾਰਟ ਕਰਨ ਜਾ ਰਹੇ ਹਾਂ ਜਿਹੜੇ ਜੌਬ ਤੋਂ ਪਹਿਲਾਂ ਵਾਲੇ 7 ਤੋਂ 8, ਤੇ ਇੱਕ ਅਸੀਂ ਦੁਪਹਿਰ ਦਾ ਕਰਨ ਜਾ ਰਹੇ ਹਾਂ। ਤੋ ਇਹ ਸਾਰੇ ਬੈਚ ਦੇ ਵਿੱਚ ਤੁਸੀਂ ਆਪਣੀ ਰਜਿਸਟ੍ਰੇਸ਼ਨ ਵਗੈਰਾ ਕਰਵਾ ਸਕਦੇ ਹੋ, ਤੇ ਸਾਡਾ ਜਿਹੜਾ ਇਹ ਚੱਲਦਾ ਪਿਆ। ਕਾਫੀ ਟਾਈਮ ਹੋ ਗਿਆ ਆਪਾਂ ਜੁੜੇ ਨਹੀਂ ਹਾਂ ਆਪਸ ਦੇ ਵਿੱਚ। ਠੀਕ, ਸ਼ੁਕਰੀਆ ਜੀ, ਧੰਨਵਾਦ ਹਰਦੀਪ ਸਿੰਘ। ਥੋੜਾ ਜਿਹਾ ਬੰਦਾ ਪੜ੍ਹਨ ਵਾਲਾ ਲੱਗਦਾ ਹੈ ਨਾ, ਐਨਕਾਂ ਲਾ ਕੇ ਪੜ੍ਹਦਾ ਭਾਵੇਂ ਨਾ ਹੋਵੇ। ਅਸੀਂ ਤੁਹਾਡੇ ਸਿਲੇਬਸ ਦਾ ਇੱਕ ਹਿੱਸਾ ਹੈ ਨੰਦ ਲਾਲ ਨੂਰਪੁਰੀ, ਇੱਕ ਸ਼ਾਇਰ ਵਜੋਂ, ਇੱਕ ਕਵੀ ਵਜੋਂ, ਕਵਿਤਾ ਦੇ ਪਾਠ ਵਿੱਚ ਉਹਨੂੰ ਰੱਖਿਆ ਹੋਇਆ ਹੈ। ਬਹੁਤ ਸਾਰੇ ਬੱਚੇ ਜਿਹੜੇ ਲਾਈਵ ਕਲਾਸਾਂ ਲਾ ਰਹੇ ਉਹਨਾਂ ਨੂੰ ਮੈਂ ਪਹਿਲਾਂ ਇਹਦੇ ਬਾਰੇ ਦੱਸ ਚੁੱਕਾ ਹਾਂ ਕਿ ਉਹ ਸਟੇਜੀ ਕਾਵ ਦਾ ਇੱਕ ਹਿੱਸਾ ਹਨ। ਸਟੇਜੀ ਕਾਵ ਦੇ ਨਾਲ ਉਹ ਆਪਣੀ ਕਾਵ ਸਿਰਜਣਾ ਆਰੰਭ ਕਰਦੇ ਹਨ ਨੰਦ ਲਾਲ ਨੂਰਪੁਰੀ। ਤੋ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਬਸ ਸਟੇਜੀ ਕਾਵ ਬਾਰੇ ਥੋੜਾ ਜਿਹਾ। ਸਟੇਜੀ ਕਾਵ ਜਿਹੜਾ ਹੈ ਉਹ ਮੌਲਾ ਬਖਸ਼ ਕੁਸ਼ਤਾ ਦੇ ਅਨੁਸਾਰ ਜਿਹੜਾ ਹੈ ਉਹ ਲਗਭਗ 72-73 ਤੋਂ 1800 ਤੋਂ 1872-73 ਤੋਂ ਜਿਹੜਾ ਸ਼ੁਰੂ ਹੁੰਦਾ ਹੈ, ਤੇ ਉਹਦੇ ਵਿੱਚ ਜਿਹੜਾ ਹੈ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਸ਼ਾਇਰ ਨੇ ਜਿਹੜੇ ਸਟੇਜ ਦੇ ਉੱਪਰ ਕਵਿਤਾ ਬੋਲਣ ਦੇ ਜਿਹੜੇ ਜੁੜਦੇ ਹਨ, ਤਾਂ ਉਹਦੇ ਵਿੱਚੋਂ ਸਟੇਜ ਉੱਪਰ ਕਵਿਤਾ ਬੋਲਣ ਦੇ ਉਹਨਾਂ ਦੇ ਵੱਖ ਵੱਖ ਵਿਸ਼ੇ ਰਹਿੰਦੇ ਹਨ। ਸਟੇਜੀ ਕਾਵ ਦੇ ਪ੍ਰਮੁੱਖ ਵਿਸ਼ਾ ਜਿਹੜਾ ਹੈ ਉਹ ਆਜ਼ਾਦੀ ਰਹਿੰਦਾ ਹੈ, ਗੁਲਾਮੀ ਦਾ ਵਿਰੋਧ ਰਹਿੰਦਾ ਹੈ, ਪਿਆਰ ਦਾ ਕਾਵ ਰਹਿੰਦਾ ਹੈ, ਰਾਜਨੀਤਿਕ ਵਿਸ਼ੇ ਰਹਿੰਦੇ ਹਨ, ਸਮਾਜਿਕ ਵਿਸ਼ੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਦੀ ਚੜ੍ਹਤ ਦੇ ਜਿਹੜੇ ਆ ਪ੍ਰਮੁੱਖ ਵਿਸ਼ੇ ਜਿਹੜੇ ਆ ਉਹ ਰਹਿੰਦੇ ਹਨ। ਸਟੇਜੀ ਕਾਵ ਬਾਰੇ ਕਾਫੀ ਗੱਲਾਂ ਹੋ ਸਕਦੀਆਂ ਨੇ, ਇੱਕ ਪੂਰਾ ਲੈਕਚਰ ਹੋ ਸਕਦਾ ਹੈ, ਪਰ ਜਿਹੜਾ ਸਾਡੇ ਕੋਲ, ਮੈਂ ਉਹ ਇਸ ਲੈਕਚਰ ਦੀ ਸੀਮਾ ਨੂੰ ਮੁੱਖ ਰੱਖਦੇ ਹੋਏ ਨਹੀਂ ਕਰਾਂਗਾ। ਜਿਹੜੇ ਬੱਚੇ ਸਾਡੇ ਕੋਲ ਕਰ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਟੇਜੀ ਕਾਵ ਬਾਰੇ ਇੱਕ ਲੈਕਚਰ ਉਹ ਦਿੱਤਾ ਹੋਇਆ ਉੱਥੇ ਕਰ ਚੁੱਕੇ ਹਾਂ, ਤੇ ਅਸੀਂ ਅੱਜ ਕਰਨਾ ਹੈ ਇੱਕ ਸ਼ਾਇਰ ਸਟੇਜੀ ਕਾਵ ਨਾਲ ਜੁੜੇ ਹੋਏ ਨੰਦ ਲਾਲ ਨੂਰਪੁਰੀ। ਠੀਕ ਹੈ ਜੀ,
ਹਰਨਿਵਾਸ ਸਿੰਘ ਜੀ ਸ਼ੁਕਰੀਆ ਤੁਹਾਡਾ, ਧੰਨਵਾਦ ਇਸ ਤਰ੍ਹਾਂ ਦੇ ਕਮੈਂਟ ਪਾਸ ਕਰੋ। ਬਹੁਤ ਤੁਹਾਡੇ ਵਰਗੇ ਸਾਨੂੰ ਮਿਲਦੇ ਨੇ, ਬੋਲਦੇ ਰਹਿੰਦੇ, ਅਸੀਂ ਪੜ੍ਹਨ ਪੜ੍ਹਾਉਣ ਵਾਲੇ ਬੰਦੇ, ਇਹ ਸਾਰੀ ਦੁਨੀਆ ਜਾਣਦੀ ਹੈ, ਤੁਹਾਡੇ ਕਹਿਣ ਨਾਲ ਤੁਹਾਡੇ ਬੋਲਣ ਨਾਲ ਸਾਡੇ ਤੇ ਕੋਈ ਫਰਕ ਨਹੀਂ ਪੈਣ ਲੱਗਾਗਾ। ਨੰਦ ਲਾਲ ਨੂਰਪੁਰੀ ਕਰਦੇ ਆਪਾਂ, ਠੀਕ ਹੈ ਜੀ। ਇਹ ਮੈਂ ਪਹਿਲਾਂ ਵੀ ਕੰਮ ਇਹੀ ਕਰਦਾ ਸੀ, ਲੱਗ ਕੇ ਵੀ ਇਹੀ ਕਰਨਾ ਤੇ ਬਾਅਦ ਚ ਵੀ ਇਹੀ ਕਰੂੰਗਾ ਸਾਰੀ ਉਮਰ, ਠੀਕ ਹੈ ਨਾ। ਚੋਰੀ ਵਾਲਾ ਕੰਮ ਨਹੀਂ ਕਰਦਾ ਜਿਵੇਂ ਤੁਸੀਂ ਚੋਰ ਹੋ। ਨੰਦ ਲਾਲ ਨੂਰਪੁਰੀ, ਨੂਰਪੁਰੀ ਬਾਰੇ ਜਿਹੜਾ ਸਮਾਂ, ਜੀਵਨ ਸਮਾਂ ਜਿਹੜਾ ਹੈ ਉਹ 1906 ਤੋਂ ਲੈ ਕੇ 66 ਤੱਕ ਉਹਨਾਂ ਦਾ ਜੀਵਨ ਕਾਲ ਹੈ। ਤੁਹਾਡੇ ਮਾਸਟਰ ਗ੍ਰੇਡਰ ਦੇ ਪੇਪਰ ਦੇ ਹਵਾਲੇ ਨਾਲ ਉਹ ਪੁੱਛ ਲੈਂਦੇ ਹੁੰਦੇ ਹਨ ਜੀਵਨ ਕਾਲ ਬਾਬਤ, ਕਿ ਉਹਨਾਂ ਦਾ ਜੀਵਨ ਕਾਲ ਕੀ ਸੀਗਾ ਤੇ ਉਹਨਾਂ ਦਾ ਜਨਮ ਸਥਾਨ ਕਿੱਥੇ ਹੋਇਆ, ਇਸ ਤਰ੍ਹਾਂ ਦੇ ਸਵਾਲ ਵੀ ਪੁੱਛ ਲੈਂਦੇ ਨੇ। ਕਈ ਵਾਰ ਉਹ ਕਿਤਾਬਾਂ ਦੇ ਪ੍ਰਕਾਸ਼ਨ ਬਾਰੇ, ਕਿਤਾਬਾਂ ਦੇ ਜਿਹੜੇ ਸਾਲ ਬਾਰੇ, ਸੰਨ ਬਾਰੇ ਜਿਹੜਾ ਮਤਲਬ ਪੁੱਛ ਲੈਂਦੇ ਨੇ, ਉਹ ਸਾਰਾ ਕੁਛ। ਨੂਰਪੁਰੀ ਨਾਂ ਤੋਂ ਹੀ ਆਉਗੇ, ਨੂਰਪੁਰ ਉਹਨਾਂ ਦਾ ਪਿੰਡ ਸੀਗਾ ਜਿਹੜਾ ਕਿ ਲੈਲਪੁਰ ਸ਼ੇਖੂਪੁਰਾ ਪੈਂਦਾ ਹੈ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ। ਇਹ ਉਹਨਾਂ ਦਾ ਜਿਹੜਾ ਹੈ ਜਨਮ ਸਥਾਨ ਤੇ ਜਨਮ ਦੇ ਨਾਲ ਸੰਬੰਧਿਤ ਹੈ। ਨੂਰਪੁਰੀ ਬਾਰੇ ਜਦੋਂ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੋਲ ਉਹਨਾਂ ਦੇ ਜੀਵਨ ਬਾਬਤ ਥੋੜ੍ਹੀ ਜੀ ਇਹ ਹੈ ਕਿ ਉਹ ਪੇਸ਼ੇ ਵਜੋਂ ਜਿਹੜਾ ਹੈ ਥਾਣੇਦਾਰ ਰਹਿੰਦੇ ਨੇ। 1934 ਤੋਂ ਲੈ ਕੇ 1940 ਤੱਕ ਉਹਨਾਂ ਨੇ ਜਿਹੜਾ ਹੈ ਪੁਲਿਸ ਦੀ ਨੌਕਰੀ ਕੀਤੀ ਆ ਬੀਕਾਨੇਰ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੀ ਨੌਕਰੀ ਜਿਹੜੀ ਆ ਛੱਡ ਦਿੱਤੀ ਆ ਤੇ ਉਸ ਤੋਂ ਬਾਅਦ ਉਹ ਅਧਿਆਪਕ ਵਜੋਂ ਵੀ ਕਾਰਜਸ਼ੀਲ ਰਹੇ ਨੇ। ਇਹ ਤੁਹਾਡਾ ਜੀਵਨ ਬਾਰੇ ਦੱਸਦਾ, ਬਾਅਦ ਚ ਉਹਨਾਂ ਦੀ ਆਪਾਂ ਕਵਿਤਾ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਉਹ ਕਈ ਵਾਰ ਤੁਹਾਡੇ ਪੇਪਰ ਸਵਾਲ ਪੁੱਛ ਲੈਂਦੇ ਨੇ ਉਹਨਾਂ ਦੇ ਜੀਵਨ ਦੇ ਬਾਬਤ ਜਿਹੜਾ ਹੈ। ਤੋ ਨੂਰਪੁਰੀ ਜਦੋਂ 40 ਦੇ ਵਿੱਚ ਉਹ ਨੌਕਰੀ ਛੱਡਦੇ ਨੇ ਤੇ ਉਹ ਨੌਕਰੀ ਛੱਡਣ ਪਿੱਛੇ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਇੱਕ ਘਟਨਾ ਅਜਿਹੀ ਵਾਪਰ ਗਈ ਕਿ ਉਹਨਾਂ ਨੂੰ ਇੱਕ ਗੋਲੀ ਚਲਾਉਣੀ ਪਈ ਤਾਂ ਜਿਹੜਾ ਕਵੀ ਮਨ ਸੀ ਉਹ ਕਰਲਾ ਉੱਠਿਆ ਤੇ ਉਹ ਉਸ ਗੋਲੀ ਚਲਾਉਣ ਕਰਕੇ ਆਪਣੇ ਮਨ ਦੇ ਜ਼ਖਮੀ ਹੋਣ ਕਰਕੇ ਉੱਥੋਂ ਉਹ ਦੁਖੀ ਹੋਏ ਤਾਂ ਉਹਨਾਂ ਨੇ ਜਿਹੜਾ ਹੈ ਇਸ ਨੌਕਰੀ ਨੂੰ ਤਿਆਗ ਦਿੱਤਾ, ਇਸ ਨੌਕਰੀ ਨੂੰ ਜਿਹੜਾ ਹੈ ਛੱਡ ਦਿੱਤਾ, ਭਾਵੇਂ ਕਿ ਉਹਨਾਂ ਨੂੰ ਇਹਦੇ ਬਦਲੇ ਬਹਾਦਰੀ ਲਈ ਤਗਮਾ ਵੀ ਜਿਹੜਾ ਹੈ ਮਿਲਿਆ ਸੀਗਾ। ਤੇ ਉਹ ਲਿਖਦੇ ਹਨ ਕਿ ਇੱਥੋਂ ਉੱਡ ਜਾ ਭੋਲੇ ਪੰਛੀਆ, ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ, ਇੱਥੇ ਬੰਦੇ ਖਾਣੇ ਆਦਮੀ, ਇੱਥੇ ਭੈਣਾ ਮਾਰ ਭਰਾ। ਤੋ ਉਹ ਇਸ ਸਿਸਟਮ ਤੋਂ, ਇਸ ਪ੍ਰਬੰਧ ਤੋਂ ਜਦੋਂ ਉਚਾਟ ਹੁੰਦੇ ਹਨ ਤਾਂ ਉਦੋਂ ਉਹ ਇਸ ਨੌਕਰੀ ਨੂੰ ਛੱਡ ਕੇ ਜਿਹੜਾ ਹੈ ਪੰਜਾਬ ਆ ਜਾਂਦੇ ਹਨ ਤੇ ਇੱਥੇ ਆ ਕੇ ਫਿਰ ਉਹ ਭਾਸ਼ਾ ਭਾਗ ਦੇ ਵਿੱਚ ਕੁਝ ਸਮੇਂ ਨੌਕਰੀ ਕਰਦੇ ਨੇ। ਫਿਰ ਜਾ ਕੇ ਉਹ ਰੇਡੀਓ ਸਟੇਸ਼ਨ ਦੇ ਉੱਪਰ ਜਿਹੜਾ ਹੈ ਦੂਰਦਰਸ਼ਨ ਤੇ ਜਿਹੜਾ ਕੰਮ ਕਰਦੇ ਨੇ ਤੇ ਜਲੰਧਰ ਵਿੱਚ ਆਪਣੀ ਰਿਹਾਇਸ਼ ਜਿਹੜੀ ਹੈ ਬਣਾ ਲੈਂਦੇ ਹਨ ਤੇ ਉਹ ਇੱਕ ਸਟੇਜੀ ਕਾਵ ਦਾ ਜਿਹੜਾ ਸਟੇਜੀ ਜਿਹੜੀ ਕਵਿਤਾ ਹੈ ਜਾਂ ਸਟੇਜੀ ਜਿਹੜੀ ਦਰਬਾਰੀ ਕਵਿਤਾ ਹੈ ਉਹਦਾ ਉਹ ਜਿਹੜਾ ਇੱਕ ਹਿੱਸਾ ਬਣਦੇ ਹਨ ਸਟੇਜਾਂ ਵਾਲੀ। ਪਰ ਜਦੋਂ ਵੰਡ ਹੋ ਜਾਂਦੀ ਹੈ, ਦੇਸ਼ ਦੀ ਵੰਡ ਹੁੰਦੀ ਆ, ਵੰਡ ਤੋਂ ਬਾਅਦ ਇਹ ਸਟੇਜਾਂ ਵਾਲੀ ਜਿਹੜੀ ਕਵਿਤਾ ਹੈ, ਸਟੇਜੀ ਕਵਿਤਾ ਜਿਹੜੀ ਹੈ ਉਹਦਾ ਪ੍ਰਭਾਵ ਜਿਹੜਾ ਹੈ ਘਟਣਾ ਸ਼ੁਰੂ ਹੋ ਜਾਂਦਾ ਤੇ ਵੰਡ ਤੋਂ ਬਾਅਦ ਫਿਰ ਜਿਹੜਾ ਹੈ ਉਹ ਆਰਥਿਕ ਜਿਹੜੀ ਇੱਕ ਤਰ੍ਹਾਂ ਨਾਲ ਸਮੱਸਿਆ ਨਾਲ ਜੂਝਣਾ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਹੋਰ ਵੀ ਨੂਰਪੁਰੀ ਮਯੂਸ ਹੋ ਜਾਂਦੇ ਹਨ ਤਾਂ ਉਹ ਆਪਣੇ ਗੀਤਾਂ ਵਿੱਚ ਹੀ ਲਿਖਦੇ ਆ, ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ, ਕਫਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ, ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ। ਤਾਂ ਇੱਕ ਤਰ੍ਹਾਂ ਨਾਲ ਉਹ ਨਿਰਾਸ਼ ਸੀਗੇ ਇਸ ਆਪਣੀ ਮਾੜੀ ਆਰਥਿਕਤਾ ਕਰਕੇ ਤੇ ਉਹ ਨਾ ਇੱਕ ਸਮੇਂ ਆਤਮ ਘਾਤ ਦੇ ਖਿਆਲਾਂ ਬਾਰੇ ਵੀ ਆਪਣੇ ਮਿੱਤਰ ਜਿਹੜਾ ਮਹਿੰਦਰ ਸਿੰਘ ਦੁਸਾਂਝ ਨੂੰ ਲਿਖਦੇ ਹਨ ਕਿ ਮੈਂ ਜਿਹੜਾ ਘਰੋਗੀ ਤੋਟਾਂ ਕਰਕੇ, ਤੰਗੀਆਂ ਤੁਰਸ਼ੀਆਂ ਕਰਕੇ ਜਿਹੜਾ ਹੈ ਵੀ ਇੱਕ ਦਿਨ ਖੂਹ ਵਿੱਚ ਛਾਲ ਮਾਰਨ ਲਈ ਮਤਲਬ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੈਨੂੰ ਜਿਹੜਾ ਹੈ ਮਤਲਬ ਇੱਕ ਮਨਿਆਰੀ ਵਾਲੇ ਦੀ ਦੁਕਾਨ ਖੁੱਲੀ ਦਿਸੀ ਤਾਂ ਉਸ ਦੁਕਾਨ ਦੇ ਵਿੱਚ ਜਿਹੜਾ ਹੈ ਮੈਂ ਸ਼ਹੀਦ ਭਗਤ ਸਿੰਘ ਦੀ ਜਿਹੜੀ ਤਸਵੀਰ ਵੇਖੀ ਤਾਂ ਉੱਥੋਂ ਕਹਿੰਦਾ ਮੈਂ ਕੀਲਿਆ ਗਿਆ, ਸੂਲੀ ਉੱਤੇ ਗਾਉਣ ਵਾਲੇ ਵਰਿਆਮ ਨੇ ਮੇਰੇ ਮਨ ਨੂੰ ਮੁੜ ਕੇ ਕਾਇਮ ਕਰ ਦਿੱਤਾ। ਤਾਂ ਉਹ ਪਹਿਲਾਂ ਹੀ ਮਤਲਬ ਜਿਵੇਂ ਉਹਨਾਂ ਨੇ ਆਤਮ ਹੱਤਿਆ ਖੂਹ ਦੇ ਵਿੱਚ ਛਾਲ ਮਾਰ ਕੇ ਕੀਤੀ ਤੇ ਪਹਿਲਾਂ ਵੀ ਉਹ ਦੱਸਦੇ ਕਿ ਉਹ ਇਸ ਤਰ੍ਹਾਂ ਦਾ ਜਿਹੜਾ ਹੈ ਕਰਨ ਜਾ ਰਹੇ ਸੀ ਤੇ ਪਰ ਉਹ ਭਗਤ ਸਿੰਘ ਦੀ ਉਸ ਤਸਵੀਰ ਵੱਲ ਵੇਖ ਕੇ ਉੱਥੋਂ ਜਿਹੜਾ ਹੈ ਵਾਪਸ ਜਿਹੜਾ ਮੁੜਦੇ ਨੇ। ਤਾਂ ਉਹ ਆਪਣੀ
ਤਾਂ ਉਮਰ ਆਰਥਿਕ ਸਮੱਸਿਆ ਨਾਲ ਜਿਹੜੇ ਜੂਝਦੇ ਰਹੇ ਤੇ ਇਸੇ ਆਰਥਿਕ ਸਮੱਸਿਆ ਤੋਂ ਤੰਗ ਆ ਕੇ ਉਹ ਜਿਹੜਾ ਹੈ ਆਪਣਾ ਜਿਹੜਾ ਹੈ 1966 ਦੇ ਵਿੱਚ ਜਿਹੜਾ ਹੈ ਖੂਹ ਦੇ ਵਿੱਚ ਛਾਲ ਮਾਰ ਕੇ ਜਿਹੜੀ ਆ ਆਤਮ ਹੱਤਿਆ ਜਿਹੜੀ ਆ ਕਰ ਲੈਂਦੇ ਹਨ। ਸਾਡਾ ਇਹ ਉਹਨਾਂ ਦੇ ਜੀਵਨ ਬਾਰੇ ਥੋੜੀ ਜਿਹੀ ਸੰਖੇਪ ਜੀ ਜਿਹੜੀ ਆ ਜਾਣਕਾਰੀ ਸੀ। ਮੇਰਾ ਜਿਹੜਾ ਮੁੱਖ ਜਿਹੜਾ ਮਕਸਦ ਹੈ ਉਹ ਨੂਰਪੁਰੀ ਦੇ ਗੀਤਾਂ ਬਾਰੇ, ਨੂਰਪੁਰੀ ਦੀ ਕਵਿਤਾ ਨਾਲ ਜਿਹੜਾ ਹੈ ਸੰਬੰਧਿਤ ਹੈ। ਨੂਰਪੁਰੀ ਦੀ ਜਿਹੜਾ ਕਾਵ ਹੈ, ਜਦੋਂ ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੀ ਜਿਹੜੀ ਆ ਨੂਰ ਪਰੀਆਂ ਪੁਸਤਕ ਹੈ ਉਹ ਵੰਡ ਤੋਂ ਪਹਿਲਾਂ ਜਿਹੜੀ ਆ ਪ੍ਰਕਾਸ਼ਿਤ ਹੋ ਜਾਂਦੀ ਹੈ। ਪਰ ਉਹਨਾਂ ਨੇ ਆਪਣੀ ਕਵਿਤਾ ਦਾ ਆਰੰਭ ਜਿਹੜਾ ਹੈ ਉਹ ਦੇਸ਼ ਦੀ ਆਜ਼ਾਦੀ ਜਾਂ ਜਜ਼ਬੇ ਦੀ ਜਿਹੜੀ ਆ ਕਵਿਤਾ ਲਿਖਣ ਤੋਂ ਜਿਹੜਾ ਕਰਦੇ ਨੇ, ਜਿਹਦੇ ਚੋਂ ਕੁਛ ਧਾਰਮਿਕ ਕਵਿਤਾਵਾਂ ਵੀ ਲਿਖਦੇ ਨੇ ਸਟੇਜੀ ਕਾਵਿ ਦੇ ਹਵਾਲੇ ਨਾਲ, ਜਾਂ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਵੀ ਉਹ ਕੁਛ ਕਵਿਤਾਵਾਂ ਜਿਹੜੀਆਂ ਲਿਖਦੇ ਨੇ। ਤੇ ਉਹਨਾਂ ਦੇ ਸਮਕਾਲੀ ਸ਼ਾਇਰਾਂ ਵਿੱਚ ਧਨੀ ਰਾਮ ਚਾਤ੍ਰਿਕ, ਬਾਬੂ ਫਿਰੋਜ਼ਦੀਨ ਸ਼ਰਫ, ਗੁਰਦੇਵ ਸਿੰਘ ਮਾਨ, ਇਹ ਨੋਟ ਕਰ ਲਿਓ, ਕਈ ਵਾਰ ਉਹ ਪੁੱਛ ਲੈਂਦੇ ਨੇ ਕਿ ਉਹਨਾਂ ਸਮਕਾਲੀ ਸ਼ਾਇਰ ਜਿਹੜੇ ਆ ਕਿਹੜੇ ਕਿਹੜੇ ਸੀਗੇ ਜਿਹਨਾਂ 'ਚ ਧਨੀ ਰਾਮ ਚਾਤ੍ਰਿਕ, ਬਾਬੂ ਫਿਰੋਜ਼ਦੀਨ ਸ਼ਰਫ, ਗੁਰਦੇਵ ਸਿੰਘ ਮਾਨ, ਗੁਰਦਿੱਤ ਸਿੰਘ ਕੁੰਦਨ, ਬਰਕਤ ਰਾਮ ਯੁਮਨ, ਵਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ ਤੇ ਸ਼ਿਵ ਕੁਮਾਰ ਬਟਾਲਵੀ, ਇਹ ਉਹਨਾਂ ਦੇ ਜਿਹੜੇ ਆ ਸਮਕਾਲੀ ਜਿਹੜੇ ਆ ਸ਼ਾਇਰ ਰਹਿੰਦੇ ਨੇ। ਇਹਨਾਂ ਮਹਾਨ ਸ਼ਾਇਰਾਂ ਦੇ ਵਿੱਚ ਨੂਰਪੁਰੀ ਆਪਣੀ ਇੱਕ ਵਿਸ਼ੇਸ਼ ਥਾਂ ਬਣਾ ਕੇ ਰੱਖਦਾ ਹੈ, ਆਪਣਾ ਇੱਕ ਵਿਸ਼ੇਸ਼ ਸਥਾਨ ਬਣਾ ਕੇ ਜਿਹੜਾ ਹੈ ਰੱਖਦਾ ਹੈ। ਨੂਰਪੁਰੀ ਬੇਸਿਕਲੀ ਲੋਕ ਸੱਭਿਆਚਾਰ, ਲੋਕ ਸ਼ੈਲੀ ਵਾਲਾ ਜਿਹੜਾ ਹੈ ਸਾਡੇ ਕੋਲ ਕਵੀ ਹੋ ਨਿਬੜਦਾ ਹੈ। ਉਹਨਾਂ ਦੇ ਨਾ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਉਹਨਾਂ ਦੀ ਪਤਨੀ ਬਸੰਤ ਨੇ ਜਿਹੜਾ ਹੈ ਉਹਨਾਂ ਦੀ ਕਾਵ ਸਿਰਜਣਾ ਦੀ ਪ੍ਰੇਰਨਾ ਬਣੀ। ਸ਼ਿਵ ਕੁਮਾਰ ਲਈ ਜਿਹੜੀ ਆ ਮੀਨਾ ਜਿਹੜੀ ਉਹਦੀ ਪ੍ਰੇਮਿਕਾ ਸੀ ਉਹਦੀ ਮੌਤ ਜਿਹੜੀ ਪ੍ਰੇਰਨਾ ਬਣੀ, ਤੇ ਨੰਦ ਲਾਲ ਨੂਰਪੁਰੀ ਦੇ ਲਈ ਜਿਹੜਾ ਉਹਨਾਂ ਦਾ ਵੱਡਾ ਪੁੱਤਰ ਚੰਦਰ ਪ੍ਰਕਾਸ਼ ਜਿਹੜੀ ਆ, ਚੰਦਰ ਪ੍ਰਕਾਸ਼ ਦੀ ਜਿਹੜੀ ਮੌਤ ਹੈ ਉਹ ਉਹਨਾਂ ਲਈ ਪ੍ਰੇਰਨਾ ਸਰੋਤ ਬਣਦੀ ਹੈ। ਤਾਂ ਉਹ ਚੰਦਰ ਪ੍ਰਕਾਸ਼ ਦੀ ਮੌਤ ਤੋਂ ਦੁਖੀ ਹੋ ਕੇ ਜਿਹੜਾ ਹੈ ਲਿਖਣਾ ਜਿਹੜਾ ਸ਼ੁਰੂ ਕਰਦੇ ਨੇ, ਤੇ ਉਹ ਉਹਨਾਂ ਦੀ ਪ੍ਰੇਰਨਾ ਜਿਹੜੀ ਆ ਮੰਨੀ ਜਾਂਦੀ ਹੈ। ਦੇਸ਼ ਵੰਡ ਦੇ ਜਿਹੜਾ ਹੋਈ ਉਹਨਾਂ ਨੇ ਦੇਸ਼ ਵੰਡ ਦੇ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਕਵੀ ਮਨ ਨੂੰ ਹਲੂਣਿਆ, ਤੇ ਉਹ ਦੇਸ਼ ਵੰਡ ਤੋਂ ਬਾਅਦ ਉਹਨਾਂ ਦੇ ਕਾਵਿ ਵਿੱਚ ਇੱਕ ਤੀਖਣਤਾ ਆਉਂਦੀ ਆ, ਤੇ ਉਹਨਾਂ ਦੀ ਨਾ ਕਿਤਾਬ ਇੱਕ ਆਉਂਦੀ ਆ ਸੁਗਾਤ। ਸੁਗਾਤ ਪੁਸਤਕ ਬਾਰੇ ਹੀਰਾ ਸਿੰਘ ਦਰਦ ਹੋਰਾਂ ਦਾ ਕਹਿਣਾ ਕਿ ਸੁਗਾਤ ਸਮਾਜ ਲਈ ਸੁਗਾਤ ਮੰਨਦੇ ਆ ਹੀਰਾ ਸਿੰਘ ਦਰਦ। ਸੁਗਾਤ ਪੁਸਤਕ ਨੂੰ ਸਮਾਜ ਲਈ ਸੁਗਾਤ ਮੰਨਦੇ। ਉਹ ਲਿਖਦੇ ਨੇ ਕਿ ਸੁਗਾਤ ਵਿੱਚ ਨੂਰਪੁਰੀ ਦੇ ਚੋਣਵੇਂ ਗੀਤ ਤੇ ਕਵਿਤਾਵਾਂ ਸੁਗਾਤ ਵਜੋਂ ਭੇਟਾ ਕੀਤੀਆਂ ਗਈਆਂ ਹਨ। ਤੋ ਇੱਕ ਸਮਾਜ ਲਈ ਸੁਗਾਤ ਹੈ। ਤੋ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਉਹਨਾਂ ਦੇ ਵਿਸ਼ੇ ਕਿਸ ਤਰ੍ਹਾਂ ਚੱਲਦੇ ਰਹੇ। ਇਹ ਹਾਲ ਦੀ ਘੜੀ ਸਿਰਫ ਉਹਨਾਂ ਦੀਆਂ ਪੁਸਤਕਾਂ ਬਾਰੇ। ਸੁਗਾਤ ਤੋਂ ਬਾਅਦ ਉਹਨਾਂ ਦੀ ਚੰਗਿਆੜੇ ਆਉਂਦੀ ਆ। ਚੰਗਿਆੜੇ ਵਿੱਚ ਜਾ ਕੇ ਉਹ ਜ਼ਿਆਦਾ ਵੰਨ ਸਵੰਨਤਾ ਭਰਪੂਰ ਜਿਹੜਾ ਹੈ ਉਹਨਾਂ ਦੀ ਸ਼ੈਲੀ ਆਉਂਦੀ ਆ, ਜ਼ਿਆਦਾ ਵੰਨ ਸਵੰਨਤਾ ਭਰਪੂਰ ਉਹ ਕਵਿਤਾਵਾਂ ਜਿਹੜੀਆਂ ਲਿਖਦੇ ਹਨ, ਜਿਵੇਂ ਉਹ ਮਜ਼ਦੂਰਾਂ ਦੇ ਬਾਰੇ ਜਾਂ ਠੰਡੇ ਲਹੂ ਨੂੰ ਗੁਰਮਾਣ ਦੇ ਬਾਰੇ ਜਾਂ ਮਨਮੋਹਣੇ ਰੰਗ ਬਾਰੇ, ਪ੍ਰੇਮ ਬਾਰੇ, ਇਸ਼ਕ ਬਾਰੇ ਜਾਂ ਮਾੜੀ ਆਰਥਿਕਤਾ ਬਾਰੇ ਚੰਗਿਆੜੇ ਵਿੱਚ ਉਹ ਬਹੁਤ ਰੰਗੀ ਵਿਸ਼ਿਆਂ ਦੀਆਂ ਕਵਿਤਾਵਾਂ ਜਿਹੜੀਆਂ ਨੇ ਜਾਂ ਗੀਤ ਲਿਖਦੇ ਨੇ। ਇਸੇ ਤਰ੍ਹਾਂ ਜਦੋਂ ਵੰਗਾਂ ਆਉਂਦੀ ਹੈ ਜਿਹੜੀ ਪੁਸਤਕ ਉਹਨਾਂ ਦੀ, ਵੰਗਾਂ ਦੇ ਵਿੱਚ ਉਹਨਾਂ ਦੀ ਰੂਹਾਨੀਅਤ ਹੈ, ਉਹਨਾਂ ਦੇ ਰੂਹ ਦੀ ਆਵਾਜ਼ ਹੈ ਵੰਗਾਂ ਵਿੱਚ, ਜਿਹਨਾਂ ਵਿੱਚ ਉਹ ਸਵੈ ਹੋ ਨਿਬੜਦੇ ਨੇ, ਸਵੈ ਦੀ ਪੀੜ, ਸਵੈ ਦਾ ਜਿਹੜੀ ਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੇਸ਼ਕਾਰੀ ਉਹਨਾਂ ਦੇ ਇਸ ਵੰਗਾਂ ਦੇ ਵਿੱਚ ਹੁੰਦੀ ਆ। ਇਸ ਤੋਂ ਬਾਅਦ ਜਦੋਂ ਜਿਉਂਦਾ ਪੰਜਾਬ ਲਿਖਦੇ ਤਾਂ ਉਹਦਾ ਉਹ ਮੁੱਖ ਵਿਸ਼ਾ ਪੰਜਾਬ ਹੀ ਜਿਹੜਾ ਰੱਖਦੇ ਨੇ। ਤੋ ਪੰਜਾਬ ਦੇ ਹਾਲਾਤਾਂ ਬਾਰੇ, ਬਦਲਦੇ ਪੰਜਾਬ ਬਾਰੇ, ਵੰਡ ਦੇ ਪ੍ਰਭਾਵਾਂ ਬਾਰੇ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਸੰਪਰਦਾਇਕ ਜਿਹੜੀਆਂ ਇੱਕ ਦੂਸਰੇ ਨਾਲ ਜਿਹੜੇ ਵਿਖੰਡਨ ਪਏ ਸੀ ਉਹਨਾਂ ਬਾਰੇ ਉਹ ਜਿਹੜਾ ਹੈ ਲਿਖਦੇ ਹਨ ਜਿਉਂਦਾ ਪੰਜਾਬ ਦੇ ਵਿੱਚ। ਫਿਰ ਹੌਲੀ ਹੌਲੀ ਜਿਹੜਾ ਹੈ ਨਰੋਲ ਸਾਹਿਤਕ ਗੀਤਾਂ ਦੀ ਫਿਲਮਾਂ ਦੇ ਵਿੱਚ ਗੱਲਬਾਤ ਹੋਣ ਲੱਗੀ ਤਾਂ ਫਿਰ ਨੰਦ ਲਾਲ ਨੂਰਪੁਰੀ ਹੋਰੀ ਜਿਹੜੇ ਆ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਕਿ ਉਹਨਾਂ ਨੇ 1940 ਦੇ ਵਿੱਚ ਜਿਹੜਾ ਹੈ ਸ਼ੌਰੀ ਫਿਲਮ ਕੰਪਨੀ ਦੇ ਲਈ ਉਹਨਾਂ ਨੇ ਮੰਗਤੀ ਫਿਲਮ ਦੇ ਲਈ ਗਾਣੇ ਲਿਖੇ ਇਹਨਾਂ ਪੁਸਤਕਾਂ ਤੋਂ ਬਾਅਦ, ਤੇ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੋਏ
ਤਾਂ ਉਹਨਾਂ ਦੀ ਇੱਕ ਗੀਤਕਾਰ ਵਜੋਂ ਜਿਹੜੀ ਆ ਧਾਕ ਜੰਮ ਜਾਂਦੀ ਆ ਪੂਰੇ ਪੰਜਾਬ ਦੇ ਵਿੱਚ। ਫਿਰ ਇਸ ਤੋਂ ਬਾਅਦ ਮੰਗਤੀ ਫਿਲਮ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਦੋ ਹੋਰ ਫਿਲਮਾਂ ਦੇ ਲਈ ਗੀਤ ਲਿਖੇ, ਗੀਤ ਬਹਾਰਾਂ ਦੇ ਤੇ ਵਲਾਇਤ ਪਾਸ। ਗਾਣੇ ਜਿਹੜੇ ਆ ਉਹ ਨੂਰਪੁਰੀ ਜਿਹੜਾ ਹੈ ਲਿਖਦਾ ਹੈ। ਤਾਂ ਨੂਰਪੁਰੀ ਦੇ ਗੀਤਾਂ ਵਿੱਚ ਲੋਕ ਗੀਤਾਂ ਵਰਗੀ ਸ਼ੈਲੀ ਹੈ, ਉਹਨਾਂ ਨੇ ਮਿਆਰੀ ਗੀਤ ਲਿਖਣੇ, ਸਾਹਿਤਕ ਗੀਤ ਲਿਖਣੇ ਫਿਲਮਾਂ ਵਿੱਚ ਜਿਹੜੇ ਆ ਉਹਨਾਂ ਤੋਂ ਜਿਹੜਾ ਹੈ ਆਰੰਭ ਹੁੰਦੇ ਨੇ। ਤੇ ਉਹਨਾਂ ਨੇ ਨਾ ਇੱਕ ਪੰਜਾਬ ਬੋਲਿਆ ਵਿੱਚ ਇੱਕ ਉਹਨਾਂ ਦਾ ਗੀਤ ਸੀਗਾ ਪੰਜਾਬਣ, ਤੇ ਉਹ ਬਹੁਤ ਜ਼ਿਆਦਾ ਜਿਹੜਾ ਚਰਚਿਤ ਹੋਇਆ। ਤਾਂ ਇੱਥੇ ਆ ਕੇ ਨੂਰਪੁਰੀ ਇੱਕ ਸਟੇਜੀ ਕਵੀ ਵਜੋਂ ਜ਼ਿਆਦਾ ਇੱਕ ਫਿਲਮਾਂ ਦੇ ਗੀਤਕਾਰ ਵਜੋਂ ਜਿਹੜਾ ਹੈ ਪ੍ਰਸਿੱਧ ਹੋ ਜਾਂਦੇ ਹਨ। ਉਹਨਾਂ ਦੇ ਗੀਤ ਗੀਤਾਂ ਵਿੱਚ ਕੌਮੀ ਏਕਤਾ, ਦੇਸ਼ ਦੀ ਆਜ਼ਾਦੀ, ਵਤਨ ਦੀ ਆਣ ਦੀ ਰੱਖਿਆ, ਇਸ ਤਰ੍ਹਾਂ ਦੇ ਭਾਵ ਜਿਹੜੇ ਉਹ ਪ੍ਰਮੁੱਖ ਤੌਰ ਤੇ ਜਿਹੜੇ ਆ ਰਹਿੰਦੇ ਹਨ। ਤਾਂ ਉਹਨਾਂ ਦੀ ਕਾਵ ਰਚਨਾ ਬਾਰੇ ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਉਹ ਕਹਿੰਦੇ ਨੇ ਕਿ ਨੂਰਪੁਰੀ ਰਚਿਤ ਕਾਵ ਵਿੱਚ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ ਦੇ ਅਨੇਕਾਂ ਰੂਪ ਪ੍ਰਗਟਾਏ ਗਏ ਹਨ, ਜਿਹੜੇ ਕਵੀ ਦੇ ਦੇਸ਼ ਪਿਆਰ ਦਾ ਪ੍ਰਮਾਣ ਹਨ। ਉਸਦੇ ਗੀਤਾਂ ਤੇ ਕਵਿਤਾਵਾਂ ਵਿੱਚ ਭਾਰਤੀ ਕਲਾ, ਰਸਮ, ਰਿਵਾਜ, ਰੀਤਾਂ, ਮੇਲੇ ਤੇ ਤਿਉਹਾਰ ਆਦਿ ਦੇ ਹਵਾਲੇ ਵੀ ਮਿਲਦੇ ਹਨ। ਕਵੀ ਅਨੁਸਾਰ ਪੱਛਮੀ ਪ੍ਰਭਾਵਾਂ ਥੱਲੇ ਅਜੋਕੀ ਜਵਾਨ ਪੀੜ੍ਹੀ ਪੱਛਮੀ ਰਸਮਾਂ ਰਿਵਾਜ਼ਾਂ ਬਾਰੇ ਤਾਂ ਬੜਾ ਕੁਝ ਜਾਣਦੀ ਹੈ, ਪਰ ਆਪਣੇ ਦੇਸ਼ ਦੀ ਸੰਸਕ੍ਰਿਤੀ ਸੰਬੰਧੀ ਗਿਆਨ ਘਟਦਾ ਜਾ ਰਿਹਾ ਹੈ। ਤੋ ਨਰਿੰਦਰ ਸਿੰਘ ਕਪੂਰ ਦੇ ਕਹਿਣ ਮੁਜਬ ਕਿ ਨੂਰਪੁਰੀ ਦਾ ਜਿਹੜਾ ਕਾਵ ਹੈ ਉਹ ਪੰਜਾਬੀ ਸੱਭਿਆਚਾਰ, ਪੰਜਾਬੀ ਸੰਸਕ੍ਰਿਤੀ, ਪੰਜਾਬੀ ਭਾਵਾਂ ਦਾ ਜਿਹੜਾ ਹੈ ਕਾਵ ਹੈ, ਪਰ ਜਿਹੜੀ ਨਵੀਂ ਪੀੜ੍ਹੀ ਨੂੰ ਪੱਛਮ ਵੱਲ, ਵਿਦੇਸ਼ ਵੱਲ ਜਿਹੜਾ ਹੈ ਜਾਣ ਤੋਂ ਮੋੜਨ ਦਾ ਕਾਵ ਹੈ। ਉਹਨਾਂ ਨੂੰ ਆਪਣੇ ਸਵੈ ਨਾਲ, ਆਪਣੇ ਦੇਸ਼ ਨਾਲ, ਆਪਣੇ ਪਿਆਰ ਨਾਲ, ਆਪਣੇ ਦੇਸ਼ ਪਿਆਰ ਨਾਲ ਜੋੜਨ ਦਾ ਜਿਹੜਾ ਕਾਵ ਬਣਦਾ ਹੈ ਨੂਰਪੁਰੀ ਨੇ। ਇਸ ਤੋਂ ਇਲਾਵਾ ਨਾ ਸਿੱਖ ਧਰਮ ਦੇ ਨਾਲ ਸੰਬੰਧਿਤ ਧਾਰਮਿਕ ਗੀਤ ਵੀ ਲਿਖੇ, ਜਿਹਨਾਂ ਵਿੱਚ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਜਾਂ ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ ਹੈ। ਤੋ ਮੈਂ ਨੂਰਪੁਰੀ ਦੇ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜੇ ਮੈਂ ਉਹਨਾਂ ਦੇ ਕਾਵ ਬਾਰੇ ਗੱਲ ਕਰਨੀ ਹੋਵੇ ਤਾਂ ਉਹ ਤਿੰਨ ਚਾਰ ਚੀਜ਼ਾਂ ਸਾਡੇ ਕੋਲ ਉੱਭਰਵੇਂ ਰੂਪ ਵਿੱਚ ਆਉਂਦੀਆਂ ਨੇ। ਇੱਕ ਤਾਂ ਨੂਰਪੁਰੀ ਦੇ ਗੀਤਾਂ ਵਿੱਚ ਜਿਹੜਾ ਹੈ ਸਮਾਜਿਕ ਵਿਸ਼ੇ, ਸਮਾਜਿਕ ਵਿਸ਼ਿਆਂ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਨੂਰਪੁਰੀ ਦੇ ਗੀਤਾਂ ਵਿੱਚ ਮਜ਼ਦੂਰਾਂ ਬਾਰੇ ਮੈਂ ਪੰਜ ਚਾਰ ਵਿਸ਼ੇ ਬਣਾਉਣ ਲੱਗਾ, ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਆਪਾਂ ਕਵਿਤਾ ਨੂੰ ਜਿਹੜਾ ਹੈ ਉਹਨਾਂ ਦੇ ਗੀਤਾਂ ਨੂੰ ਸਮਝਣਾ ਹੈ। ਸਮਾਜਿਕ ਵਿਸ਼ਿਆਂ ਬਾਰੇ ਨੂਰਪੁਰੀ ਦੇ ਗੀਤਾਂ ਵਿੱਚ ਇੱਕ ਚੇਤੰਨ ਕਵੀ ਹੈ ਸਮਾਜਿਕ ਤੌਰ ਤੇ, ਆਪਣੇ ਆਲੇ ਦੁਆਲੇ ਸਮਾਜਿਕ ਵਰਤਾਰਿਆਂ ਪ੍ਰਤੀ ਉਹ ਬੜੀ ਘੋਖਵੀਂ ਨਜ਼ਰ ਜਿਹੜਾ ਹੈ ਰੱਖਣ ਵਾਲਾ ਪੰਜਾਬੀ ਦਾ ਜਿਹੜਾ ਸ਼ਾਇਰ ਹੋ ਨਿਬੜਦਾ ਹੈ। ਤਾਂ ਉੱਥੇ ਉਹ ਲਿਖਦਾ ਹੈ ਇਹੀ ਜਿਹੜੀ ਪਹਿਲਾਂ ਵਾਲੀ ਜਿਹੜੀ ਹੈ ਕਿ ਇਹ ਥੋੜ ਜਾ ਭੋਲੇ ਪੰਛੀ ਆ, ਇਹ ਸਮਾਜ ਦੇ ਉਸ ਜਿਹੜੀ ਦਰਿੰਦਗੀ ਦਾ ਜਾਂ ਸਮਾਜ ਦੇ ਵਿੱਚ ਇੱਕ ਸੰਵੇਦਨਸ਼ੀਲ ਬੰਦੇ ਦੀ ਕੀ ਹੋਂਦ ਹੈ ਉਹਦੇ ਨਾਲ ਸੰਬੰਧਿਤ ਜਿਹੜੀ ਆ ਉਹਨਾਂ ਦਾ ਇਹ ਗੀਤ ਹੋ ਨਿਬੜਦਾ ਹੈ। ਇਸੇ ਤਰ੍ਹਾਂ ਹੀ ਉਹ ਭੋਲੇ ਤੇ ਗਾਫਿਲ ਲੋਕਾਂ ਨੂੰ ਜਿਹੜਾ ਜਾਗਣ ਲਈ ਵੀ ਪ੍ਰੇਰਿਤ ਕਰਦਾ ਹੈ ਸਮਾਜਿਕਤਾ ਦੇ। ਉਹ ਕਹਿੰਦਾ ਕਿ ਉਹ ਮੁਸਾਫਰ ਸੌਣ ਵਾਲੇ ਗਾਫਿਲਾ ਤੂੰ ਜਾਗ ਹੁਣ, ਸੁੱਤਿਆਂ ਸਾਜ਼ਾਂ ਦੀਆਂ ਤਾਰਾਂ ਤੇ ਜਾਗੇ ਰਾਗ ਹੁਣ। ਤਾਂ ਉਹ ਬੇਸਿਕਲੀ ਜਿੱਥੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜਾ ਉੱਠਣ ਲਈ ਪ੍ਰੇਰਦਾ ਹੈ, ਉੱਥੇ ਨਾਲ ਨਾਲ ਉਹ ਜਿਹੜਾ ਨਤਾੜਿਆ ਵਰਗ ਹੈ ਪੰਜਾਬ ਦਾ ਉਹਦੇ ਪ੍ਰਤੀ ਵੀ ਉਹ ਕਾਵਿ ਸਿਰਜਣਾ ਕਰਦਾ, ਭਾਵੇਂ ਕਿ ਇਸ ਮਜ਼ਦੂਰ ਕਲਾਸ ਲਈ, ਇਸ ਲਤਾੜੇ ਵਰਗ ਲਈ ਜਿਹੜਾ ਹੈ। ਇੱਕ ਮਿੰਟ, ਚੱਲ ਰਹੀ ਹੈ ਜੀ ਠੀਕ ਠਾਕ? ਹੁਣ ਮੇਰੇ ਕੋਲ ਰੁਕ ਗਈ ਸੀ। ਹਾਂ, ਤਾਂ ਇੱਥੇ ਆ ਕੇ ਉਹ ਮਤਲਬ ਲਤਾੜੇ ਵਰਗ ਲਈ, ਛੋਟੀ ਕਿਰਸਾਨੀ ਲਈ ਵੀ, ਭਾਵੇਂ ਉਹ ਕਹਿੰਦਾ ਕਿ ਜਿਵੇਂ ਪਰਜਾ ਮੰਡਲ ਨੇ ਜਿਹੜਾ ਹੈ ਰਜਵਾੜੇ ਸ਼ਾਹੀ ਦਾ ਵਿਰੋਧ ਕੀਤਾ, ਤਾਂ ਜਿਹੜਾ ਨੂਰਪੁਰੀ ਹੈ ਉਹ ਵੀ ਆਪਣੇ ਗੀਤਾਂ ਵਿੱਚ ਇਸ ਉੱਚ ਵਰਗ ਦਾ ਵਿਰੋਧ ਕਰਦਾ ਹੈ। ਇਹ ਜਿਹੜੀ ਘਨੌਣੀ ਵਰਗ ਵੰਡ ਹੈ ਉਹਨੂੰ ਉਹ ਜਿਹੜਾ ਹੈ ਨਿੰਦਦਾ ਹੈ, ਉਹਦੇ ਬਾਰੇ ਉਹ ਲਿਖਦਾ ਹੈ ਸਾਰਾ ਦਿਨ ਖੱਪ ਖੱਪ ਕੇ ਅਠਿਆਨੀ ਆਉਂਦੀ ਏ, ਇਹੋ ਹੀ ਪਾਰਸ ਵੇ ਇਹੋ ਹੀ ਚਾਂਦੀ ਏ, ਸ਼ਾਂਤੀ ਨਾਲ ਬਹਿ ਕੇ ਹੁਣ ਟੱਬਰ ਵਿੱਚ ਖਾਵਾਂਗਾ, ਦਾਤਾ ਨੇ ਦਿੱਤੀ ਇਹ ਦਾਤਾਂ ਨੂੰ ਗਾਵਾਂਗਾ। ਪਰ ਇੱਥੇ ਨਾ ਥੋੜਾ ਜਿਹਾ ਨੂਰਪੁਰੀ, ਭਾਵੇਂ ਕਿ ਉਹ ਕਹਿੰਦਾ ਕਿ ਮਿਹਨਤ ਮਜ਼ਦੂਰ ਕਰਕੇ ਅਠਿਆਨੀ ਕਮਾਈ ਹੈ, ਇਹਨੂੰ ਵੀ ਉਹ ਪਰਮਾਤਮਾ ਦੀ ਬਖਸ਼ਿਸ਼ ਮੰਨ ਕੇ ਸਵੀਕਾਰ ਕਰਨਾ ਲੋਚਦਾ ਹੈ।
ਪਰ ਉਹ ਅੱਗੇ ਜਾ ਕੇ ਇਸ ਤੋਂ ਵੀ ਪਾਰ ਜਾਂਦਾ ਹੈ। ਉਹ ਕਹਿੰਦਾ ਕਿ ਸਿਰਫ ਇਹਨੂੰ ਸਵੀਕਾਰਨ ਨਹੀਂ, ਇਸ ਤੋਂ ਬਾਅਦ ਉਹ ਇਨਕਲਾਬੀ ਸੁਰ ਵੀ ਲਿਆਉਂਦਾ ਹੈ। ਪਹਿਲਾਂ ਤੋਂ ਕਹਿੰਦਾ ਕਿ ਪੂਰੀ ਮਿਹਨਤ ਮੁਸ਼ਕਤ ਤੋਂ ਬਾਅਦ ਕੀ ਅਠਿਆਨੀ ਆਈ ਆ, ਪਰ ਇਹਨੂੰ ਸਵੀਕਾਰ ਲਓ ਕਿਵੇਂ, ਦਾਤਾ ਦੀ ਦਿੱਤੀ ਹੋਈ ਇੱਕ ਮਿਹਰ ਹੈ। ਪਰ ਉਹ ਇੱਥੇ ਹੀ ਨਹੀਂ ਖੜਦਾ। ਨੂਰਪੁਰੀ ਜਦੋਂ ਕਿਸਾਨ ਦੀ, ਮਜ਼ਦੂਰ ਦੀ ਜਿਹੜੀ ਆ ਪ੍ਰਗਤੀ ਦੀ ਗੱਲ ਕਰਦਾ, ਤਾਂ ਇਸ ਤੋਂ ਪਾਰ ਜਾਂਦਾ। ਫਿਰ ਉਹ ਕੀ ਕਹਿੰਦਾ ਕਿ ਫਿਰ ਉਹ ਇਸ ਨਾਅਰੇ ਵੱਲ ਜਾਂਦਾ ਕਿ ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਉੱਥੇ ਲਿਖਦਾ, ਦੁਨੀਆਂ ਦੇ ਖੂਨ ਪਸੀਨੇ ਦੇ ਨਾ ਰਾਤ ਦਿਨੇ ਘੁੱਟ ਭਰਿਆ ਕਰ, ਕਿਸੇ ਨਿਰਤਨ ਅਤੁਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਤਾਂ ਉਹ ਫਿਰ ਕੀ ਆ, ਅਮੀਰਾਂ ਨੂੰ ਵੀ ਵੰਗਾਰਦਾ ਹੈ। ਤੇ ਉਹਦੀ ਕਵਿਤਾ ਵਿੱਚ ਜਿੱਥੇ ਪਹਿਲਾਂ ਰੱਬ ਦੀ ਦਾਤ ਨੂੰ ਮੰਨਣਾ ਜਿਹੜਾ ਹੈ ਰਹਿੰਦਾ ਹੈ, ਉੱਥੇ ਉਹਦੀ ਕਵਿਤਾ ਵਿੱਚ ਇਨਕਲਾਬੀ ਜਿਹੜੀ ਆ ਸੁਰ ਵੀ ਜਿਹੜੀ ਆਉਂਦੀ ਹੈ। ਤੇ ਉਹ ਮਜ਼ਦੂਰ ਨੂੰ ਪਾਰਸ ਦੇ ਬਰਾਬਰ ਦਾ ਜਿਹੜਾ ਕਹਿੰਦਾ ਹੈ, ਜਿਵੇਂ ਉਹ ਲਿਖਦਾ ਕਿ ਧੁੱਪਾਂ ਵਿੱਚ ਸੜ ਸੜ ਕੇ, ਗਰਮੀ ਵਿੱਚ ਕੜ ਕੜ ਕੇ, ਭੁੱਖੇ ਤੇ ਧਿਆਏ ਨੇ, ਟੋਕਰੀਆਂ ਚਾਈਆਂ ਨੇ, ਮੈਂ ਕੋਈਆਂ ਵਾਹੀਆਂ ਨੇ, ਪਾਪੀ ਇਹ ਪੇਟ ਮੇਰਾ ਜਿਹਨੇ ਕਰਵਾਈਆਂ ਨੇ। ਤਾਂ ਉਹ ਬੇਸਿਕਲੀ ਮਜ਼ਦੂਰ ਦੀ ਭੁੱਖ, ਮਜ਼ਦੂਰ ਦੀ ਮਜਬੂਰੀ ਵਿੱਚੋਂ ਜਿਹੜੀ ਉਹਦੀ ਮਿਹਨਤ ਹੈ, ਤਾਂ ਉਹਦੀ ਮਿਹਨਤ ਦੀ, ਉਹਦੀ ਪੀੜ ਨੂੰ, ਉਹਦੇ ਵਿਰਾਗ ਨੂੰ ਜਿਹੜਾ ਹੈ ਉਹ ਆਪਣੇ ਕਵਿਤਾ ਦੇ ਵਿੱਚ, ਆਪਣੇ ਗੀਤਾਂ ਦੇ ਵਿੱਚ ਜਿਹੜਾ ਹੈ ਪੇਸ਼ ਕਰਦਾ। ਨਾਲ ਨਾਲ ਉਹ ਕਿਸਾਨੀ ਜੀਵਨ ਦੇ ਨਾਲ ਨਾਲ ਜਿਹੜਾ ਸਿੱਖ ਗੁਰੂਆਂ ਦੇ ਹਵਾਲੇ ਨਾਲ ਜਿਹੜਾ ਹੈ ਮਜ਼ਦੂਰ ਨੂੰ ਜਿਹੜਾ ਮਿਹਨਤ ਕਰਨ ਦੇ ਲਈ ਤੇ ਮਜ਼ਦੂਰ ਨੂੰ ਆਪਣੇ ਸੰਘਰਸ਼ ਲਈ ਵੀ ਜਿਹੜਾ ਤੋਰਦਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਕਵਿਤਾ ਦਾ, ਨੂਰਪੁਰੀ ਦੀ ਗੀਤਾਂ ਦਾ ਇੱਕ ਪਾਰਟ, ਇੱਕ ਭਾਗ ਮਜ਼ਦੂਰਾਂ ਦੇ ਲਈ ਹੈ, ਸਮਾਜਿਕਤਾ ਦੇ ਲਈ ਹੈ, ਸਮਾਜਿਕ ਵਿਸ਼ਿਆਂ ਦਾ ਹੈ, ਜਿਹਦੇ 'ਚ ਉਹ ਗਰੀਬਾਂ ਦੇ ਹੱਕ ਵਿੱਚ ਖੜਦਾ ਹੈ, ਪੂੰਜੀਪਤੀਆਂ ਦਾ ਵਿਰੋਧ ਕਰਦਾ ਹੈ, ਇਨਕਲਾਬ ਲਈ ਪ੍ਰੇਰਦਾ ਹੈ। ਇਸ ਤੋਂ ਇਲਾਵਾ ਉਹ ਦੂਸਰਾ ਉਹਦੇ ਗੀਤਾਂ ਦੇ ਵਿੱਚ ਆ ਜਾਂਦਾ ਪੰਜਾਬੀ ਸੱਭਿਆਚਾਰ, ਪੰਜਾਬੀ ਜਨ ਜੀਵਨ ਦੀ ਜਿਹੜੀ ਆ ਪੇਸ਼ਕਾਰੀ। ਤੋ ਨੂਰਪੁਰੀ ਦੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ, ਪੰਜਾਬੀ ਜਨ ਜੀਵਨ ਦੀ ਜਿਹੜੀ ਆ ਪੇਸ਼ਕਾਰੀ ਉਹ ਵੇਖੀ ਜਾ ਸਕਦੀ ਹੈ। ਜਾਂ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਨੂਰਪੁਰੀ ਦੇ ਗੀਤ ਆ ਨਾ ਜਿਹੜੇ, ਜਾਂ ਨੂਰਪੁਰੀ ਦਾ ਜਿਹੜਾ ਕਾਵਿ ਹੈ, ਉਹ ਬੇਸਿਕਲੀ ਜਿਹੜੇ ਲੋਕ ਗੀਤਾਂ ਵਾਲੀ ਸ਼ੈਲੀ, ਤੇ ਜਿਵੇਂ ਦਾ ਲੋਕ ਗੀਤਾਂ ਦੇ ਵਿੱਚ ਰੰਗ ਮਿਲਦਾ ਹੈ, ਉਵੇਂ ਦਾ ਰੰਗ ਹੀ, ਉਵੇਂ ਦਾ ਭਾਵ ਹੀ ਨੂਰਪੁਰੀ ਦੇ ਗੀਤਾਂ ਵਿੱਚ ਜਿਹੜਾ ਹੈ ਵੇਖਣ ਨੂੰ ਮਿਲਦਾ। ਤੇ ਜੇ ਮੈਂ ਵਿਸ਼ਿਆਂ ਦੇ ਪੱਧਰ ਜਾਵਾਂ ਤਾਂ ਨੂਰਪੁਰੀ ਦਾ ਤੇ ਸ਼ਿਵ ਕੁਮਾਰ ਬਟਾਲਵੀ ਦਾ ਆਪਸ ਦੇ ਵਿੱਚ ਕਾਫੀ ਨੇੜੇ ਦਾ ਸੰਬੰਧ ਲੱਗਦਾ, ਸੱਭਿਆਚਾਰ ਦੇ ਪੇਸ਼ਕਾਰੀ ਦੇ ਹਵਾਲੇ ਨਾਲ ਜਾਂ ਵਿਸ਼ਿਆਂ ਦੇ ਹਵਾਲੇ ਨਾਲ, ਜਿਵੇਂ ਉਹ ਪੰਜਾਬੀ ਰਹਿਣ ਸਹਿਣ ਬਾਰੇ ਜੋ ਜ਼ਿਆਦਾ ਜਿਹੜਾ ਫੋਕਸ ਕਰਦਾ ਹੈ ਨੂਰਪੁਰੀ ਆਪਣੇ ਗੀਤਾਂ ਦੇ ਵਿੱਚ, ਪੰਜਾਬੀ ਰਹਿਤਲ ਬਾਰੇ, ਉਹਦੇ ਵਿੱਚ ਉਹ ਰਹਿਣ ਸਹਿਣ ਪੰਜਾਬੀਆਂ ਦੇ, ਪੰਜਾਬੀਆਂ ਦੀ ਮਿਹਨਤ, ਸਾਂਝ, ਪਿਆਰ, ਅਣਖ, ਧਾਰਮਿਕ ਵਿਰਸਾ ਤੇ ਖੁੱਲ੍ਹਾਪਣ, ਇਹ 6 ਚੀਜ਼ਾਂ ਉਹ ਪ੍ਰਮੁੱਖ ਤੌਰ ਤੇ ਲੈਂਦਾ ਹੈ ਆਪਣੇ ਕਾਵਿ ਦੇ ਵਿੱਚ। ਰਹਿਣਾ ਸਹਿਣਾ, ਪੰਜਾਬੀਆਂ ਦੀ ਮਿਹਨਤ, ਉਹਨਾਂ ਦਾ ਸਾਂਝ, ਪਿਆਰ, ਅਣਖ, ਧਾਰਮਿਕ ਵਿਰਸਾ ਤੇ ਪੰਜਾਬੀਆਂ ਦਾ ਖੁੱਲ੍ਹਾਪਣ। ਤੇ ਉਹ ਜਦੋਂ ਨਾ ਪੰਜਾਬੀ ਸੱਭਿਆਚਾਰ ਬਾਰੇ ਚਿੱਤਰਦਾ ਹੈ, ਤਾਂ ਨੂਰਪੁਰੀ ਦਾ ਇੱਕ ਗੀਤ ਆ, ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਕਹਿੰਦਾ, ਧੰਮੀ ਵੇਲੇ ਚਾਟੀ ਵਿੱਚ ਗੂੰਜਣ ਮਧਾਣੀਆਂ, ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ, ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ, ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ, ਕੰਨਾਂ ਵਿੱਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ। ਹੁਣ ਕੰਨਾਂ ਵਿੱਚ ਡੰਡੀਆਂ, ਸੋਨੇ ਦੀਆਂ ਵਾਲੀਆਂ ਜਿਹੜੀਆਂ ਨੇ, ਉਹ ਪੰਜਾਬੀ ਲੋਕਾਂ ਦੇ ਰੱਜੇ ਪੁੱਜੇ ਹੋਣ ਦੀ ਜਿਹੜੀ ਆ ਮਤਲਬ ਗੱਲ ਕਰਦਾ ਹੈ। ਤਾਂ ਉਹ ਪੰਜਾਬੀਆਂ ਦਾ ਰਹਿਣ ਸਹਿਣ ਸਿਰਫ ਇਹ ਨਹੀਂ ਕਿ ਉਹ ਮਜ਼ਦੂਰ ਦੇ ਤਸ਼ੱਦਦ ਬਾਰੇ, ਮਜ਼ਦੂਰ ਦੀ ਮਾੜੀ ਹਾਲਤ ਬਾਰੇ ਆਪਣੇ ਗੀਤਾਂ ਵਿੱਚ ਚਿੱਤਰਦਾ, ਉਹ ਨਾਲ ਨਾਲ ਪੰਜਾਬੀਆਂ ਦੇ ਰੱਜੇ ਪੁੱਜੇ ਹੋਣ ਦਾ, ਪੰਜਾਬੀਆਂ ਦੇ ਖੁੱਲ੍ਹ ਕੇ ਜ਼ਿੰਦਗੀ ਨੂੰ ਜਿਉਣ ਦਾ ਵੀ ਜਿਹੜਾ ਹੈ ਚਿਤਰਨ ਕਰਦਾ ਹੈ। ਤੇ ਜਾਂ ਉਹ ਲਿਖਦਾ ਪੰਜਾਬੀਆਂ ਦੇ ਪਹਿਰਾਵੇ ਬਾਰੇ, ਉਹਨਾਂ ਦੀ ਸਾਫ਼ ਸੁਥਰੀ ਜ਼ਿੰਦਗੀ ਬਾਰੇ, ਕਹਿੰਦਾ ਜੱਟੀ ਦੀ ਪੁਸ਼ਾਕ ਅੱਜ ਚੰਦ ਨਾਲੋਂ ਗੋਰੀਏ, ਸੋਨੇ ਦਿਆਂ ਫੁੱਲਾਂ ਵਾਲੀ ਗੁੱਤ ਵਿੱਚ ਡੋਰੀਏ, ਨਿੱਤ ਨਵੇਂ ਹੱਥਾਂ ਵਿੱਚ ਪਹੁੰਚੀਆਂ ਤੇ ਛੱਲੇ, ਬੱਲੇ ਜੱਟਾ ਬੱਲੇ। ਤੋਂ ਇੱਕ ਤਰ੍ਹਾਂ ਨਾਲ ਉਹ ਪੰਜਾਬੀ ਸੱਭਿਆਚਾਰ ਦੇ ਉਸ ਪੱਖ ਦਾ ਵੀ ਜਿਹੜਾ ਉਸ ਪੱਖ ਦੀ ਪੇਸ਼ਕਾਰੀ ਵੀ ਕਰਦਾ, ਜਿਹੜਾ ਬਹੁਤ ਸੁਖਾਲਾ ਹੈ, ਜਿਹੜਾ ਖੁੱਲ ਕੇ, ਜਿਹੜਾ ਕਿਸੇ ਦੀ ਪਰਵਾਹ ਨਾ ਕੀਤਿਆਂ ਜ਼ਿੰਦਗੀ ਨੂੰ ਜਿਹੜਾ ਹੈ ਮੰਨਣ ਵਾਲਾ ਹੈ। ਪਰ ਨਾਲ ਨਾਲ ਉਹ ਦੂਸਰੇ ਪਾਸੇ ਮਜ਼ਦੂਰਾਂ ਦੀ ਜਿਹੜੀ ਕਵਿਤਾ ਵੀ ਲਿਖਦਾ। ਤੋ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਕਿ ਨੂਰਪੁਰੀ ਦਾ ਜਿਹੜਾ ਕਾਵ ਹੈ, ਉਹਦੇ ਵਿੱਚ ਇੱਕ ਤਾਂ ਪੰਜਾਬੀਆਂ ਦੇ ਉਸ ਜਿਹੜੀ ਆਰਥਿਕ ਪੱਖੋਂ ਜਿਹੜਾ ਦਬਾਇਆ ਹੋਇਆ ਵਰਗ ਹੈ, ਜਾਂ ਜਿਵੇਂ ਮਜ਼ਦੂਰ ਹੈ, ਜਾਂ ਜਿਹੜੇ ਮਾੜਾ ਕਿਸਾਨ ਹੈ, ਉਹਦੀ ਪੇਸ਼ਕਾਰੀ ਕਰਦਾ, ਨਾਲ ਹੀ ਉਹ ਪੰਜਾਬੀ ਜਨ ਜੀਵਨ ਦੇ ਉਸ ਖੁੱਲੇ ਰਹਿਣ ਸਹਿਣ, ਉਸ ਖੁੱਲੇ ਸੁਭਾਅ ਦੀ ਪੇਸ਼ਕਾਰੀ ਵੀ ਕਰਦਾ, ਜਿਹੜਾ ਬਹੁਤ ਜ਼ਿਆਦਾ ਖੁੱਲ੍ਹਾ ਹੈ, ਜਿਹੜਾ ਆਨੰਦ ਨਾਲ ਹੈ, ਜਿਹਦੇ 'ਚ ਚਿੱਟੇ ਸਫੈਦ ਪੋਸ਼, ਚੰਨ ਤੋਂ ਵੀ ਸੋਹਣਾ ਪਹਿਰਾਵਾ ਹੈ, ਜਿਹਦੇ ਵਿੱਚ ਉਹਨਾਂ ਦੇ ਸੋਨੇ ਦੀਆਂ ਡੰਡੀਆਂ ਨੇ, ਅਮੀਰ ਵਿਰਾਸਤ ਦੀ ਵੀ ਜਿਹੜੀ ਗੱਲ ਕਰਦਾ ਹੈ।
ਪਰ ਨੂਰਪੁਰੀ ਦੇ ਕਾਵਿ ਵਿੱਚ, ਨੂਰਪੁਰੀ ਦੇ ਗੀਤਾਂ ਵਿੱਚ ਇੱਕ ਧਾਰਮਿਕ ਜਿਹੜਾ ਵਿਰਸਾ ਵੀ ਵੇਖਣ ਨੂੰ ਸਾਨੂੰ ਮਿਲਦਾ ਹੈ, ਤਾਂ ਉਹਦੇ ਨਾਲ ਸੰਬੰਧਿਤ ਉਹਨੇ ਸਿੱਖ ਗੁਰੂਆਂ ਦੇ ਬਾਰੇ ਜਾਂ ਸਿੱਖ ਧਰਮ ਦੇ ਬਾਰੇ ਵੀ ਜਿਹੜੀਆਂ ਕਵਿਤਾਵਾਂ ਲਿਖੀਆਂ। ਇੱਕ ਥਾਂ ਤੇ ਉਹ ਲਿਖਦਾ ਕਿ ਜਦੋਂ ਉਹਦੀ ਪਤਨੀ ਨੇ ਨਾ ਅੰਮ੍ਰਿਤ ਛਕ ਲਿਆ ਤੇ ਉਹਨੂੰ ਕਹਿੰਦੀ ਕਿ ਮੈਂ ਹੁਣ ਚੰਡੀ ਬਣ ਗਈ ਹਾਂ, ਠੀਕ ਹੈ ਨਾ। ਤੇ ਉਹ ਵੈਸੇ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਕਿ ਉਹ ਹਿੰਦੂ ਸਿੱਖ ਸੀਗਾ, ਨੂਰਪੁਰੀ ਜਿਹੜਾ ਖੁਦ ਹੈ ਉਹ ਹਿੰਦੂ ਸਿੱਖ ਪਰਿਵਾਰ ਦਾ ਸੀ, ਪਰ ਉਹਦੀ ਪਤਨੀ ਨੇ ਅੰਮ੍ਰਿਤ ਛਕਿਆ। ਇਸ ਕਰਕੇ ਉਹ ਸਿੱਖ ਧਰਮ ਤੋਂ, ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ, ਤੇ ਉਹ ਇਸੇ ਕਰਕੇ ਉਹਦੇ ਗੀਤਾਂ ਵਿੱਚ, ਉਹਦੇ ਕਾਵਿ ਵਿੱਚ ਵਾਰ-ਵਾਰ ਇਸ ਸਿੱਖ ਵਿਰਸੇ ਦੀ ਜਾਂ ਧਾਰਮਿਕ ਜਿਹੜੇ ਆਦਰਸ਼ਾਂ ਦੀ ਜਿਹੜੀ ਆ ਪੇਸ਼ਕਾਰੀ ਮਿਲਦੀ ਆ। ਉਹ ਲਿਖਦਾ ਕਿ ਤੂੰ ਬੰਦਾ ਏ, ਇਹ ਬੰਦਾ ਏ, ਦੋਹਾਂ ਨੇ ਇੱਥੇ ਰਹਿਣਾ ਏ, ਤੂੰ ਤਕੜਾ ਸਹੀ ਏ, ਮਾੜਾ ਸਹੀ, ਕੰਮ ਮਾੜੇ ਨਾਲ ਵੀ ਪੈਣਾ ਏ, ਤੇਰੇ ਗਲ ਚਿੱਟਾ ਕੁੜਤਾ ਜੋ ਕੋਈ ਇਹਨੇ ਲਾਹ ਨਾ ਲੈਣਾ ਏ, ਇਹ ਮਿੱਟੀ ਏ, ਤੂੰ ਮਿੱਟੀ ਏ, ਮਿੱਟੀ ਵਿੱਚ ਰਲਣਾ ਪੈਣਾ ਏ, ਉਹ ਹਰ ਹਰ ਦੇ ਵਿੱਚ ਵੱਸਦਾ ਏ, ਤੂੰ ਹਰ ਦੇ ਕੋਲੋਂ ਹਰਿਆ ਕਰ, ਕਿਸੇ ਨਿਰਤਨ ਅਤੁਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਤੋ ਇਸ ਤਰ੍ਹਾਂ ਭਾਵ ਕਿ ਉਹਦੀ ਗੀਤਾਂ 'ਚ ਇਹ ਧਾਰਮਿਕਤਾ ਹੈ, ਇਹਦੇ ਗੀਤਾਂ ਵਿੱਚ ਇੱਕ ਡਰ ਹੈ ਕਿ ਜਿਹੜਾ ਬੰਦੇ ਕੋਲ ਪੂੰਜੀ ਦਾ ਹੰਕਾਰ ਹੈ, ਸੱਤਾ ਦਾ ਹੰਕਾਰ ਹੈ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਇਹ ਥੋੜੇ ਦਿਨਾਂ ਦਾ ਥੋੜੇ ਚਿਰ ਦਾ ਮੇਲਾ ਹੈ, ਜਿਵੇਂ ਬਾਬਾ ਫਰੀਦ ਜਾਂ ਸਾਡੇ ਸ਼ਾਹ ਹੁਸੈਨ ਜਾਂ ਸੂਫੀ ਕਵੀ ਕਰਦੇ ਨੇ। ਤੋ ਇੱਕ ਤਰ੍ਹਾਂ ਨਾਲ ਇੱਥੇ ਆ ਕੇ ਸੂਫੀ ਕਵੀਆਂ ਵਾਂਗ ਜਿਹੜਾ ਹੈ ਹੋ ਜਾਂਦਾ ਹੈ। ਓਵਰਆਲ ਉਹਦੇ ਗੀਤਾਂ ਵਿੱਚ ਜਿਹੜੀ ਧਾਰਮਿਕ ਚੇਤਨਤਾ ਹੈ, ਉਹ ਜੋ ਪੰਜਾਬੀ ਸੱਭਿਆਚਾਰ ਦੀ ਧਾਰਮਿਕ ਸੋਚਣੀ ਆ ਉਹਦੀ ਪੇਸ਼ਕਾਰੀ ਹੈ, ਜਾਂ ਮੈਂ ਕਹਿਣਾ ਕਿ ਵਿਰਸੇ ਵਿੱਚ ਮਿਲੀ ਧਾਰਮਿਕ ਭਾਵਨਾ ਅਧੀਨ ਉਹ ਗੀਤ ਰਚਦਾ ਹੈ। ਤੇ ਉਹਦੇ ਲਗਭਗ 16 ਗੀਤ ਪੰਜਾਬੀ ਕਾਵਿ ਜਗਤ ਨੂੰ ਇਸੇ ਹੀ ਪੰਜਾਬੀ ਸੱਭਿਆਚਾਰਕ ਧਾਰਮਿਕ ਭਾਵਨਾ ਦੇ ਜਿਹੜੇ ਆ ਜਿਹੜੇ ਉਹ ਲਿਖਦਾ ਤੇ ਸਾਨੂੰ ਜਿਹੜੇ ਆ ਮਿਲਦੇ ਹਨ। ਇਸੇ ਤਰ੍ਹਾਂ ਉਹ ਆਪਣੇ ਵਿਚਾਰਾਂ ਦੀ ਪ੍ਰੋੜਤਾ ਲਈ ਧਾਰਮਿਕ ਧਾਰਨਾਵਾਂ ਦਾ ਸਹਾਰਾ ਵੀ ਲੈਂਦਾ ਹੈ ਜਦੋਂ ਉਹ ਧਾਰਮਿਕਤਾ ਦਾ ਕਾਵਿ ਰਚਦਾ ਜਾਂ ਧਾਰਮਿਕ ਗੀਤ ਲਿਖਦਾ ਹੈ। ਉਹ ਕਹਿੰਦਾ ਇਹ ਉਸ ਦਾਤੇ ਦੀ ਨਗਰੀ ਏ, ਤੂੰ ਜਿਸ ਨਗਰੀ ਵਿੱਚ ਵੱਸਦਾ ਏ, ਨਿਗਰਿਆ ਵੇਖ ਗਵਾਂਢੀ ਨੂੰ, ਨਿਤ ਹੁੱਬਦਾ ਏ, ਨਿਤ ਹੱਸਦਾ ਏ, ਬੂਹੇ ਤੇ ਆਏ ਫਕੀਰਾਂ ਨੂੰ ਭੁੱਖੇ ਤੇ ਨੰਗੇ ਦੱਸਦਾ ਏ, ਮਾੜੇ ਦੀਆਂ ਹੱਡੀਆਂ ਪੀਨਾ ਏ, ਤਕੜੇ ਦੀਆਂ ਤਲੀਆਂ ਝੱਸਦਾ ਏ, ਤਕੜੇ ਦੀ ਜੇਕਰ ਜਰਦਾ ਏ, ਤੂੰ ਮਾੜੇ ਦੀ ਵੀ ਜਰਿਆ ਕਰ। ਤੋ ਇੱਕ ਤਰ੍ਹਾਂ ਨਾਲ ਇਹ ਉਹਦਾ ਜਿਹੜਾ ਹੈ ਆਪਣੇ ਵਿਚਾਰਾਂ ਦੀ ਪ੍ਰੋੜਤਾ ਲਈ ਧਾਰਮਿਕ ਧਾਰਨਾਵਾਂ ਦਾ ਸਹਾਰਾ ਲੈਣਾ ਨੂਰਪੁਰੀ ਦੇ ਕਾਵਿ ਵਿੱਚ ਵੇਖਣ ਨੂੰ ਮਿਲਦਾ। ਇਸੇ ਤਰ੍ਹਾਂ ਨੂਰਪੁਰੀ ਨਾ ਜਿਹੜਾ ਨੂਰਪੁਰੀ ਦਾ ਕਾਵਿ ਹੈ ਉਹ ਧਾਰਮਿਕ ਭਾਵੁਕਤਾ ਦਾ ਕਾਵਿ ਵੀ ਹੈ, ਤਾਂ ਉਹ ਜਦੋਂ ਇਤਿਹਾਸ ਵੱਲ ਮੁੜਦਾ ਹੈ, ਸਿੱਖ ਇਤਿਹਾਸ ਵੱਲ ਮੁੜਦਾ ਹੈ, ਤਾਂ ਉਹ ਭਾਵਕ ਹੋ ਜਾਂਦਾ ਹੈ। ਫਿਰ ਉਹ ਇਸ ਚੀਜ਼ ਦਾ ਵਿਰੋਧ ਕਰਦਾ ਕਿ ਸਾਨੂੰ ਪੱਛਮ ਵੱਲ, ਸਾਨੂੰ ਨਵੇਂ ਵੱਲ ਮੁੜਨ ਦੀ ਬਜਾਏ ਪਿੱਛੇ ਵੱਲ ਨੂੰ ਜਾਣਾ ਚਾਹੀਦਾ ਹੈ, ਸਾਡੀ ਮਾਤ ਭੂਮੀ, ਸਾਡਾ ਆਪਣਾ ਵਿਰਸਾ ਇੰਨਾ ਗੌਰਵਮਈ ਹੈ, ਤਾਂ ਨਵੀਂ ਪੀੜ੍ਹੀ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਹੈ, ਬਜਾਏ ਕਿ ਪੱਛਮ ਵੱਲ ਜਾਂ ਨਵੇਂ ਰੰਗ ਵੱਲ ਮੁੜਨ ਦੀ। ਉਹ ਲਿਖਦਾ, ਉਹ ਆਸ ਵੀ ਕਰਦਾ ਇਸ ਪ੍ਰਸੰਗ ਦੇ ਵਿੱਚ, ਲਿਖਦਾ ਕਿ ਪੰਜ ਦਰਿਆਵਾਂ ਦੇ ਪਾਣੀਆਂ ਵਿੱਚ ਉਬਾਲੇ ਆਉਣਗੇ, ਡੁੱਬੀਆਂ ਕਈ ਸੋਹਣੀਆਂ ਦੇ ਦਿਲ ਉਛਾਲੇ ਖਾਉਣਗੇ, ਹਿੰਦ ਦੀ ਇੱਕ ਇੱਕ ਕੁੜੀ ਹੁਣ ਪਦਮਨੀ ਬਣ ਜਾਏਗੀ, ਸਾੜੀ ਦੇ ਪੱਲੇ ਦੀ ਥਾਂ ਤਲਵਾਰ ਬਣ ਕੇ ਆਏਗੀ। ਤੋ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਨੂਰਪੁਰੀ ਪੰਜਾਬੀਆਂ ਦੇ ਉੱਚ ਵਿਰਸੇ ਦੀ, ਅਮੀਰੀ ਦੀ, ਖੁੱਲੇਪਣ ਦੀ ਗੱਲ ਕਰਦਾ ਹੈ, ਉੱਥੇ ਨਾਲ ਹੀ ਗਰੀਬ ਦੀ, ਮਜ਼ਦੂਰ ਦੀ, ਆਰਥਿਕ ਪੱਖੋਂ ਨਪੀੜੇ ਬੰਦੇ ਦੀ ਗੱਲ ਕਰਦਾ ਹੈ, ਨਾਲ ਹੀ ਉਹ ਪੰਜਾਬੀਆਂ ਨੂੰ ਧਾਰਮਿਕ ਵਿਰਸੇ ਪ੍ਰਤੀ ਮੁੜਨ ਲਈ ਜਿਹੜਾ ਹੈ ਕਹਿੰਦਾ ਹੈ, ਤੇ ਕਿਸੇ ਨਵੇਂ ਰੰਗ ਵਿੱਚ ਘੁਲਣ ਦਾ ਉਹ ਵਿਰੋਧ ਵੀ ਜਿਹੜਾ ਕਰਦਾ ਹੈ। ਇਸੇ ਤਰ੍ਹਾਂ ਨਾਲ ਉਹਦਾ ਕਾਵਿ ਜਿਹੜਾ ਹੈ ਨੂਰਪੁਰੀ ਦਾ, ਉਹ ਉਦਰੇਵੇਂ ਦਾ ਕਾਵਿ ਵੀ ਜਿਹੜਾ ਹੋ ਨਿਬੜਦਾ ਹੈ। ਉਹਦੇ ਕਾਵਿ ਵਿੱਚ ਧਾਰਮਿਕਤਾ ਦਾ ਉਦਰੇਵਾਂ ਵੀ ਰਹਿੰਦਾ ਹੈ, ਪਿਆਰ ਦਾ ਉਦਰੇਵਾਂ ਵੀ ਰਹਿੰਦਾ ਹੈ, ਮਜ਼ਦੂਰ ਪ੍ਰਤੀ ਵੀ ਉਦਰੇਵਾਂ ਹੈ ਜਿਹੜਾ ਵਿਚਾਰਾ ਕੰਮ ਕਰਦਾ ਹੈ, ਤਾਂ ਉਹਦੇ ਵਿੱਚ ਉਹ ਲਿਖਦਾ ਹੈ। ਉਦਰੇਵੇਂ ਦੀ ਸੁਰ ਜਿਹੜੀ ਆ ਉਹਦੇ ਕਾਵਿ 'ਚ ਬਹੁਤ ਭਾਰੂ ਵੇਖਣ ਨੂੰ ਮਿਲਦੀ ਹੈ। ਉਹ ਲਿਖਦਾ, ਭਾਈਆਂ ਦੀਆਂ ਬਾਲਾਂ ਬਾਹਾਂ ਤੱਕਣ ਨੂੰ ਦਿਲ ਨਹੀਂ ਕਰਦਾ, ਸੋਨੇ ਦੇ ਮਹਿਲਾਂ ਅੰਦਰ ਵੱਸਣ ਨੂੰ ਦਿਲ ਨਹੀਂ ਕਰਦਾ, ਚਾਂਦੀ ਦੇ ਥਾਲਾਂ ਅੰਦਰ ਖਾਵਣ ਨੂੰ ਦਿਲ ਨਹੀਂ ਕਰਦਾ, ਸੱਜਣਾ ਦੇ ਵਿਹੜੇ ਅੰਦਰ ਜਾਵਣ ਨੂੰ ਦਿਲ ਨਹੀਂ ਕਰਦਾ, ਅੰਮ੍ਰਿਤ ਦੇ ਘੁੱਟ ਲਬਾਂ ਤੇ ਪੀਵਣ ਨੂੰ ਦਿਲ ਨਹੀਂ ਕਰਦਾ, ਮੇਰਾ ਗੁਲਾਮ ਜੀਵਨ ਜੀਵਨ ਨੂੰ ਦਿਲ ਨਹੀਂ ਕਰਦਾ। ਤਾਂ ਉਹ ਜਿਹੜੇ ਗੁਲਾਮ ਨੇ, ਜਿਹੜੇ ਇੱਕ ਤਰ੍ਹਾਂ ਨਾਲ ਕਿਸੇ ਸੱਤਾ ਦੇ ਥੱਲੇ ਜਿਹੜੇ ਉਹਨਾਂ ਦੀ ਖੁਸ਼ਾਮਦੀ ਕਰਨ ਵਾਲੇ ਬੰਦੇ ਨੇ, ਉਹਨਾਂ ਦਾ ਉਹ ਵਿਰੋਧ ਕਰਦਾ ਹੈ।
ਕਿ ਗੁਲਾਮੀ ਦੀ ਜ਼ਿੰਦਗੀ ਜਿਹੜੀ ਆ ਉਹ ਕਿੱਡੀ ਮਾੜੀ ਹੈ, ਤੋ ਮੈਂ ਇਸ ਗੁਲਾਮੀ ਦੀ ਜ਼ਿੰਦਗੀ ਨੂੰ ਕਦੇ ਵੀ ਜਿਹੜਾ ਹੈ ਨਹੀਂ ਜਿਹੜਾ ਜੀਵਾਂਗਾ ਜਾਂ ਕਦੇ ਜਿਉਣ ਬਾਰੇ ਸੋਚਾਂਗਾ ਵੀ ਨਹੀਂ। ਇਸੇ ਤਰ੍ਹਾਂ ਉਹਨਾਂ ਇੱਕ ਧਾਰਮਿਕ ਗੀਤ ਦੇ ਵਿੱਚ ਵੀ ਜਿਹੜਾ ਹੈ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਜਿਹੜਾ ਹੈ ਉਹ ਉਦਰੇਵਾਂ ਉਹਦੇ ਮਨ ਵਿੱਚ ਉਪਜਦਾ, ਤੋਂ ਲਿਖਦਾ ਹੈ ਕੱਲ ਮੇਰੇ ਕੋਲ ਵੱਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ, ਨਿੱਕੇ ਨਿੱਕੇ ਉਦਰੇ ਹੋਏ ਕਿਹਨੂੰ ਹੁਣ ਦਰਦ ਕਿਹਨੂੰ ਹੋਣਗੇ ਦਰਦ ਸੁਣਾਉਂਦੇ, ਵੇ ਲੱਭ ਤੇ ਸਹੀ ਨੂਰਪੁਰੀ ਮੇਰੇ ਨੈਣਾਂ ਨੂੰ ਨੀਂਦ ਨਾ ਆਵੇ, ਅੱਧੀ ਰਾਤੀ ਮਾਤਾ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਤੋ ਇਸ ਤਰ੍ਹਾਂ ਨਾਲ ਉਹ ਭਾਵਕ ਹੋ ਜਾਂਦਾ ਹੈ, ਇੱਕ ਤਰ੍ਹਾਂ ਨਾਲ ਉਦਰੇਵਾਂ ਉਹਦੇ ਕਾਵਿ ਦੇ ਵਿੱਚ ਜਿਹੜਾ ਹੈ ਵੇਖਣ ਨੂੰ ਜਿਹੜਾ ਹੈ ਮਿਲਦਾ ਹੈ। ਇੱਕ ਤਰ੍ਹਾਂ ਨਾਲ ਇੱਕ ਹੋਰ ਵੀ ਉਦਰੇਵਾਂ ਹੈ, ਇਹ ਤਾਂ ਧਾਰਮਿਕਤਾ ਦਾ ਹੋ ਗਿਆ, ਇੱਕ ਜਿਹੜਾ ਬੰਦਾ ਰੋਜ਼ੀ ਰੋਟੀ ਦੀ ਭਾਲ ਲਈ ਆਪਣੇ ਘਰ ਤੋਂ ਦੂਰ ਗਿਆ ਹੋਇਆ ਹੈ ਮੱਧ ਵਰਗੀ ਬੰਦਾ, ਤੇ ਜਾਂ ਉਹਦੀ ਮਜਬੂਰੀ ਹੈ ਜਿਹੜੀ, ਉਹਦੇ ਉਦਰੇਵੇ ਨੂੰ ਵੀ ਉਹ ਪੇਸ਼ ਕਰਦਾ ਹੈ। ਪਾਗਲ ਦਿਲਾਂ ਪਾਗਲ ਦਿਲ ਨੂੰ ਕੀ ਸਮਝਾਵਾਂ, ਕਿਵੇਂ ਵਿਲਕਾਂ ਕਿਵੇਂ ਵਰਾਵਾਂ, ਖੁੱਲ ਖੁੱਲ ਜ਼ੁਲਫਾਂ ਨੇਰ ਮਚਾਇਆ ਅੱਖੀਆਂ ਉਧਰ ਗਈਆਂ, ਸੱਜਣ ਤੇਰੀ ਨੌਕਰ ਨੌਕਰ ਹੋ ਰਹੀਆਂ। ਤੋ ਇਹ ਇੱਕ ਤਰ੍ਹਾਂ ਨਾਲ ਉਦਰੇਵਾਂ ਹੈ, ਵਿਛੋੜਾ ਹੈ। ਤੋ ਜਿਹੜਾ ਨੂਰਪੁਰੀ ਹੈ ਉਹ ਉਦਰੇਵੇ ਤੱਕ ਹੀ ਨਹੀਂ ਰਹਿੰਦਾ, ਉਹ ਉਦਰੇਵੇ ਤੋਂ ਪਾਰ ਉਹਦੇ ਕਾਵ ਵਿੱਚ ਬਿਰਹਾ ਵੀ ਜਿਹੜੀ ਵੇਖਣ ਨੂੰ ਮਿਲਦੀ ਹੈ। ਤੋ ਫਿਰ ਉਹ ਇੱਕ ਸਮੇਂ ਤੇ ਬਿਰਹਾ ਦਾ ਜਿਹੜਾ ਸ਼ਾਇਰ ਹੋ ਜਾਂਦਾ ਹੈ, ਜਿਵੇਂ ਉਹ ਪਰ ਨੂਰਪੁਰੀ ਦੀ ਜਿਹੜੀ ਬਿਰਹਾ ਨਾ ਉਹ ਇਸ਼ਕ ਹਕੀਕੀ ਇਸ਼ਕ ਮਜਾਜ਼ੀ ਦੋਵਾਂ ਰੰਗਾਂ ਵਾਲਾ ਉਹਦੇ ਅੰਦਰ ਜਿਹੜਾ ਹੈ ਬਿਰਹਾ ਮਿਲਦਾ, ਤੇ ਉਹ ਦੋਵਾਂ ਰੰਗਾਂ ਦੇ ਬਿਰਹਾ ਨੂੰ ਸੂਫੀਆਂ ਦੀ ਤਰ੍ਹਾਂ ਜਿਹੜਾ ਪੇਸ਼ ਕਰਦਾ। ਜਿਵੇਂ ਲਿਖਦਾ ਕਿ ਪ੍ਰੀਤ ਤੇਰੀ ਦੇ ਹੋਂਠ ਪਿਆਸੇ ਰੋਂਦੇ ਰਹਿੰਦੇ ਘੁੱਟ ਘੁੱਟ ਹਾਸੇ, ਤੱਕਦੀਆਂ ਅੱਖੀਆਂ ਡੱਕ ਡੱਕ ਰੱਖੀਆਂ ਮਿਲਣ ਲਈ ਤਰਿਹਾਈਆਂ, ਮੈਂ ਕਮਲੀ ਦਿਆ ਬੇਪਰਵਾਹ ਨਾ ਕਰ ਬੇਪਰਵਾਹੀਆਂ। ਤੋ ਇਹ ਇੱਕ ਤਰ੍ਹਾਂ ਦਾ ਉਹਦਾ ਬਿਰਹਾ ਹੈ, ਉਹਦਾ ਵਿਯੋਗ ਹੈ, ਉਹਦਾ ਬਿਰਹਾ ਪਿਆਰ ਦਾ ਬਿਰਹਾ ਹੈ, ਇਹ ਬਿਰਹਾ ਉਹਦਾ ਮਜਾਜ਼ੀ ਹੈ। ਹਕੀਕੀ ਬਿਰਹਾ ਵਿੱਚ ਜਦੋਂ ਉਹ ਜਾਂਦਾ ਤਾਂ ਉਹ ਲਿਖਦਾ ਕਿ ਪਹਿਲੀ ਵਾਰ ਜੋ ਸੋਈਆਂ ਬੁੱਲੀਆਂ ਸਿਮਦੀ ਸਿਮਦੀ ਲਾਲੀ, ਉਮਰ ਬੀਤ ਗਈ ਸਵਾਦ ਜਿਨ੍ਹਾਂ ਦਾ ਦੱਸਿਆ ਗਿਆ ਨਾ ਹਾਲੀ, ਨੂਰਪੁਰੀ ਉਹ ਧੜ ਧੜ ਕਰਦੇ ਅੰਗ ਨਾ ਸ਼ੋਹੇ ਅੰਗਾਂ, ਫੇਰ ਨਾ ਉਹ ਵਣਜਾਰੇ ਆਏ ਚਾੜ ਗਏ ਜੋ ਵੰਗਾਂ। ਤੋ ਉਹ ਵਣਜਾਰੇ ਕੀ ਆ, ਉਹ ਧਾਰਮਿਕਤਾ ਦੀ ਹੈ, ਇਹ ਰੱਬੀ ਜਿਹੜੀ ਇੱਕ ਤਰ੍ਹਾਂ ਦਾ ਇਸ਼ਕ ਹਕੀਕੀ ਦੀ ਜਿਹੜੀ ਯਾਤਰਾ ਉਹਨੂੰ ਉਹ ਜਿਹੜਾ ਹੈ ਪੇਸ਼ ਕਰਦਾ ਹੈ। ਤੋ ਓਵਰਆਲ ਅਸੀਂ ਕਹਿ ਸਕਦੇ ਕਿ ਨੂਰਪੁਰੀ ਜਿਹੜਾ ਹੈ ਉਹ ਉਦਰੇਵੇ ਤੋਂ ਪਾਰ ਬਿਰਹਾ ਦੀ ਕਵਿਤਾ ਵੀ ਜਿਹੜਾ ਲਿਖਦਾ, ਤੇ ਉਹਦੀ ਇੱਕ ਗਜ਼ਲ ਦੇ ਵਿੱਚ ਨਾ ਉਹ ਉਦਰੇ ਨੈਣਾਂ ਦੀ ਗੱਲ ਵੀ ਜਦੋਂ ਕਰਦਾ ਤਾਂ ਉਹ ਲਿਖਦਾ ਕਿ ਦਿਲ ਵਿੱਚ ਆਹਾਂ ਛਾਲੇ ਪਾਏ ਨੈਣਾਂ ਦੇ ਮੂੰਹ ਉਧਰ ਚੱਲੇ, ਹੰਝੂਆਂ ਵਿੱਚੋਂ ਜਦੋਂ ਉਸਨੇ ਕੋਲੇ ਕਰ ਕਰ ਕੇਰੀਆਂ ਆਸਾਂ। ਤੋ ਇਹ ਇੱਕ ਤਰ੍ਹਾਂ ਦਾ ਜਿਹੜਾ ਬਿਰਹਾ ਹੈ ਇਹ ਬਾਬਾ ਫਰੀਦ ਵਾਲਾ ਹੈ, ਇਹ ਸ਼ਾਹ ਹੁਸੈਨ ਵਾਲਾ ਹੈ। ਮਾਸ ਝੜੇ ਝੜ ਪਿੰਜਰ ਹੋਇਆ ਕੜਕੜ ਹੋਈਆਂ ਹੱਡੀਆਂ, ਸੱਜਣ ਗੁਣ ਰਾਤੀ ਹੋਈਆਂ ਵੱਡੀਆਂ, ਉਸ ਤਰ੍ਹਾਂ ਦਾ ਬਿਰਹਾ ਹੈ। ਤੋ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨੂਰਪੁਰੀ ਦਾ ਕਾਵ ਹੈ ਉਹ ਬਿਰਹਾ ਦਾ ਵਿਯੋਗ ਦਾ, ਚਾਹੇ ਉਹ ਮਜ਼ਦੂਰ ਪ੍ਰਤੀ ਹਮਦਰਦੀ ਕਰਦਾ ਉੱਥੇ ਵੀ ਦੁੱਖ ਹੈ, ਜੇ ਉਹ ਅਮੀਰ ਵਿਰਸੇ ਪ੍ਰਤੀ ਖੁੱਲ ਨਾਲ ਜਿਹੜਾ ਹੈ ਉਚਾਰਦਾ ਹੈ ਉੱਥੇ ਵੀ ਉਹ ਨਾਲ ਦੂਸਰੀ ਸ਼੍ਰੇਣੀ ਨੂੰ ਰੱਖ ਕੇ ਚੱਲਦਾ ਹੈ। ਤੇ ਮੈਂ ਜਦੋਂ ਮੈਂ ਸ਼ੁਰੂ ਕੀਤੀ ਸੀ ਗੱਲ ਤੇ ਮੈਂ ਕਿਹਾ ਸੀ ਕਿ ਉਹ ਪ੍ਰਗਤੀਵਾਦੀ ਕਵੀ ਵੀ ਜਿਹੜਾ ਹੈ ਹੋਰ ਨਿਬੜਦਾ ਹੈ, ਜਿੱਥੇ ਉਹ ਲਿਖਦਾ ਬੱਲੇ ਕਿਰਸਾਨੋ ਬੱਲੇ ਬੱਲੇ ਜ਼ਿਮੀਂਦਾਰੋ ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ। ਤਾਂ ਉਹਨੂੰ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੇ ਹੱਲਾ ਮਾਰਨ ਲਈ ਮਜ਼ਦੂਰਾਂ ਨੂੰ ਪ੍ਰੇਰਨ ਲਈ ਉਹ ਪ੍ਰਗਤੀਵਾਦੀ ਵੀ ਹੋ ਜਾਂਦਾ, ਤੇ ਬਾਕੀ ਉਹਨੂੰ ਜਿਹੜਾ ਹੈ ਭਾਖੜੇ ਤੋਂ ਜਦੋਂ ਬਿਜਲੀ ਆਉਂਦੀ ਹੈ ਤਾਂ ਉਹ ਵੀ ਉਹਨੂੰ ਲੱਗਦਾ ਹੈ ਕਿ ਨਵੀਆਂ ਖੁਸ਼ੀਆਂ ਲੈ ਕੇ ਕਿਸਾਨਾਂ ਦੇ ਲਈ ਆ ਰਹੀ ਹੈ। ਤਾਂ ਫਿਰ ਇੱਕ ਕਲਪਿਤ ਸੁੰਦਰਤਾ ਨਾਲ ਭਰਪੂਰ ਇੱਕ ਕੁੜੀ ਨੂੰ ਕਲਪਦਾ ਹੈ, ਤੇ ਜਿਹਦੇ ਚੋਂ ਲਿਖਦਾ ਕਿ ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ, ਚੰਨ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ, 5 ਸਾਲਾਂ ਯੋਜਨਾ ਦੀ ਰਾਣੀ ਇਹਨੂੰ ਕਹਿਣਗੇ ਨੇਰ ਉੱਡ ਜਾਊ ਲਿਸ਼ਕਾਰੇ ਜਿੱਥੇ ਪੈਣਗੇ। ਤੋ ਪ੍ਰਗਤੀ ਦੀ ਗੱਲ ਵਿਕਾਸ ਦੀ ਵੀ ਜਿਹੜੀ ਸ਼ਾਦੀ ਭਰਦਾ ਉਹਦੇ ਨਾਲ ਵੀ ਜਿਹੜਾ ਹੈ ਕਰਦਾ ਹੈ। ਤੋ ਨੰਦ ਲਾਲ ਨੂਰਪੁਰੀ ਬਾਰੇ ਮੈਂ ਕਿਹਾ ਸੀ ਕਿ ਲੋਕ ਗੀਤਾਂ ਦੀ ਸ਼ੈਲੀ ਵਾਲਾ ਜਿਹੜਾ ਸਾਡਾ ਕਵੀ ਹੈ, ਤਾਂ ਉਹਦੇ ਲੋਕ ਗੀਤਾਂ ਵਰਗਾ ਨਰੋਲ ਮਹਾਂਦਰਾ ਉਹਦੇ ਕੁਛ ਗੀਤਾਂ ਵਿੱਚ ਵੇਖਿਆ ਜਾ ਸਕਦਾ। ਜਿਵੇਂ ਉਹਨੇ ਲਿਖਿਆ ਕਿ ਮੇਰਾ ਚੱਲੇ ਗੋਪੀਆ 2-3 ਛਮਕਾਂ ਮਾਰੀਆਂ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ ਜਾ ਸੱਜਣਾ ਘਰ ਆਈਆਂ, ਜਾਂ ਉਹਦੀ ਕਾਹ ਨੂੰ ਵੇ ਪਿੱਪਲਾ ਕੋਟਲਾ ਛਪਾਕੀ ਇੱਕ ਪਾਸੇ ਟਾਹਲੀਆਂ,
ਜਾਂ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਜਾਂ ਰਾਵੀ ਤੇ ਚਨਾ ਇਸ ਤਰ੍ਹਾਂ ਦਾ ਮੇਰਾ ਰੁੱਸੇ ਨਾ ਜਿਹੜਾ ਹੈ ਰੁੱਸ ਰੁੱਸ ਕੇ ਨਾ ਮਾਰ ਹੰਝੂਆਂ ਵੇ ਤੇਰੇ ਰਸ ਇਸ ਤਰ੍ਹਾਂ ਦੇ ਬੜੇ ਉਹਦੇ ਜਿਹੜੇ ਲੋਕ ਗੀਤਾਂ ਵਾਲਾ ਰੰਗ ਹੈ ਤਾਂ ਲੋਕ ਗੀਤਾਂ ਵਾਲੀ ਜਿਹੜੀ ਉਹਦੀ ਸ਼ੈਲੀ ਰਹਿੰਦੀ ਹੈ। ਇੱਕ ਮਿੰਟ ਇਹ ਹੈਲੋ ਚੱਲ ਰਹੀ ਹੈ ਇਹ ਇੱਕ ਮਿੰਟ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਕੁਛ ਹੁਣ ਚੱਲ ਗਈ ਹੈ ਜੀ। ਠੀਕ ਹੈ ਜੀ, ਤਾਂ ਮੈਂ ਜਿਹੜੀ ਗੱਲ ਕਰਦਾ ਪਿਆ ਸੀ ਉਹ ਮੈਂ ਲੋਕ ਗੀਤਾਂ ਬਾਰੇ ਜਿਹੜਾ ਹੈ ਮਤਲਬ ਗੱਲਬਾਤ ਕਰ ਰਿਹਾ ਸੀਗਾ ਕਿ ਉਹਦੇ 'ਚ ਲੋਕ ਗੀਤਾਂ ਵਾਲੀ ਸ਼ੈਲੀ ਰਹਿੰਦੀ ਹੈ ਤਾਂ ਓਵਰਆਲ ਉਹ ਪੰਜਾਬੀ ਬੋਲੀ ਪੰਜਾਬੀ ਲੋਕ ਰੰਗ ਨੂੰ ਸਿਰਜਣ ਵਾਲਾ ਸਾਡਾ ਜਿਹੜਾ ਹੈ ਗੀਤਕਾਰ ਜਿਹੜਾ ਹੈ ਬਣ ਜਾਂਦਾ ਹੈ। ਮੈਨੂੰ ਦੱਸ ਦਿਓ ਜੇ ਕੋਈ ਪਿੱਛੇ ਗੱਲ ਰਹਿ ਗਈ, ਮੈਨੂੰ ਲੱਗਦਾ ਕਿ ਸ਼ਾਇਦ ਟੈਕਨੀਕਲ ਇਸ਼ੂ ਆ ਗਿਆ ਸੀ, ਵੀਡੀਓ ਰੁਕ ਗਈ ਸੀ ਸ਼ਾਇਦ। ਹਾਂ ਹੁਣ ਠੀਕ ਹੈ ਜੀ, ਤੋ ਮੈਂ ਇਹਨੂੰ ਸਮ ਅਪ ਕਰਦਾ ਹਾਂ ਕਿਉਂਕਿ ਬਹੁਤ ਜ਼ਿਆਦਾ ਲੰਮਾ ਨਾ ਜਾਵੇ। ਤੋ ਅਸੀਂ ਓਵਰਆਲ ਕਹਿ ਸਕਦੇ ਹਾਂ ਕਿ ਜਿਹੜਾ ਨੂਰਪੁਰੀ ਹੈ ਉਹ ਪੰਜਾਬੀ ਗੀਤਾਂ ਦਾ ਬਾਦਸ਼ਾਹ ਹੈ, ਉਹ ਪੰਜਾਬੀ ਸੱਭਿਆਚਾਰ ਪੰਜਾਬੀ ਰੰਗਣ ਨੂੰ ਪੇਸ਼ ਕਰਨ ਵਾਲਾ ਹੈ, ਉਹ ਪ੍ਰਗਤੀਵਾਦੀ ਸ਼ਾਇਰ ਹੈ, ਉਹ ਬਿਰਹਾ ਦਾ ਸ਼ਾਇਰ ਹੈ, ਮਜ਼ਦੂਰਾਂ ਗਰੀਬਾਂ ਪ੍ਰਤੀ ਕਵਿਤਾ ਲਿਖਣ ਵਾਲਾ ਸ਼ਾਇਰ ਹੈ, ਨਾਲ ਨਾਲ ਉਹ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਕਵਿਤਾ ਲਿਖਣ ਵਾਲਾ ਸ਼ਾਇਰ ਹੈ, ਪਰ ਉਹ ਖੁਦ ਆਰਥਿਕ ਜਿਹੜਾ ਹੈ ਨਿਗੂਣੇਪਣ ਪਿੱਛੇ ਆਰਥਿਕ ਮਜ਼ਬੂਰੀ ਕਰਕੇ ਜਿਹੜਾ ਹੈ ਉਹ ਖੁਦ ਜਿਹੜਾ ਹੈ ਆਤਮਦਾਹ ਜਿਹੜਾ ਹੈ ਕਰ ਲੈਂਦਾ ਹੈ। ਉਹਦੇ ਬਾਰੇ SS ਅਮੋਲ ਲਿਖਦੇ ਹਨ ਕਿ ਨੂਰਪੁਰੀ ਵਿਅੰਗ ਦੀ ਵਰਤੋਂ ਬੜੀ ਸੋਹਣੀ ਕਰਦਾ ਹੈ, ਇਸ ਨੇ ਵੀ ਤੋਲ ਅਤੇ ਨਵੀਨ ਪੰਜਾਬੀ ਅਲੰਕਾਰ ਆਪਣੀ ਕਵਿਤਾ ਵਿੱਚ ਵਰਤੇ ਹਨ। ਮੰਗਤੀ ਫਿਲਮ ਦੇ ਗੀਤਾਂ ਵਿੱਚੋਂ ਮਾਹੀ ਮੇਰਾ ਗੁੱਸੇ ਗੁੱਸੇ ਵਾਲਾ ਗੀਤ ਅਜੇ ਤੱਕ ਲੋਕਾਂ ਨੂੰ ਨਹੀਂ ਭੁੱਲਾ, ਉਸ ਨੂੰ ਰੋਮਾਂਸ ਅਤੇ ਵਿਛੋੜੇ ਦਾ ਕਵੀ ਕਿਹਾ ਜਾ ਸਕਦਾ ਹੈ। ਤੋਸਾ ਅਮੋਲ ਹੋਰੀ ਉਹਨੂੰ ਰੋਮਾਂਸ ਤੇ ਵਿਛੋੜੇ ਦਾ ਕਵੀ ਕਹਿੰਦੇ ਹਨ, ਪਰ ਅਸੀਂ ਉਹਨਾਂ ਨੂੰ ਰੋਮਾਂਸ ਦਾ ਵਿਛੋੜੇ ਦਾ ਪਿਆਰ ਦਾ ਪੰਜਾਬੀ ਸੱਭਿਆਚਾਰਕ ਰੰਗਣ ਦਾ ਮਜ਼ਦੂਰਾਂ ਦੇ ਗਰੀਬਾਂ ਦੀ ਆਵਾਜ਼ ਦਾ ਪੰਜਾਬੀਆਂ ਦੇ ਖੁੱਲੇਪਣ ਦਾ ਸ਼ਾਇਰ ਕਵਾਂਗੇ ਤੇ ਉਹ ਲੋਕ ਸ਼ੈਲੀ ਵਿੱਚ ਪੰਜਾਬੀਆਂ ਦੇ ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ ਵਾਲੀ ਸ਼ੈਲੀ ਵਾਲਾ ਜਿਹੜਾ ਹੈ ਸਾਡਾ ਸ਼ਾਇਰ ਹੋ ਨਿਬੜਦਾ ਹੈ। ਤਾਂ ਉਹਨਾਂ ਦੀ ਕਾਵਿ ਸਿਰਜਣਾ ਦੁੱਖ ਤੋਂ ਹੀ ਸ਼ੁਰੂ ਹੁੰਦੀ ਹੈ, ਵੱਡੇ ਪੁੱਤਰ ਚੰਦਰ ਪ੍ਰਕਾਸ਼ ਦੀ ਮੌਤ ਉਹਨਾਂ ਦੀ ਜਿਹੜੀ ਆ ਪ੍ਰੇਰਨਾ ਬਣਦੀ ਹੈ, ਤੇ ਉਹਨਾਂ ਦੀ ਜਿਹੜੀ ਸੁਗਾਤ ਪੁਸਤਕ ਨੂੰ ਭਾਸ਼ਾ ਭਾਗ ਵੱਲੋਂ ਸਰਵੋਤਮ ਮੰਨਦੇ ਹੋਏ ਉਹਨੂੰ ਜਿਹੜਾ ਹੈ ਇਨਾਮ ਦਿੱਤਾ ਗਿਆ ਸੀਗਾ। ਬਾਕੀ ਜਿਹੜੀਆਂ ਨੂਰਪੁਰੀ ਬਾਰੇ ਜਿਹੜੀਆਂ ਗੱਲਾਂ ਨੇ ਉਹ ਮੈਂ ਲਗਭਗ ਕਰ ਚੁੱਕਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜਾ ਨੰਦ ਲਾਲ ਨੂਰਪੁਰੀ ਹੋਰਾਂ ਬਾਰੇ ਜਿਹੜਾ ਹੈ ਮਤਲਬ ਬਖੂਬੀ ਸਮਝ ਆਇਆ ਹੋਊਗਾ। ਜਿੰਨੀਆਂ ਵੀ ਗੱਲਾਂ ਮੈਂ ਆਪਣੀ ਸਮਰੱਥਾ ਦੇ ਮੁਤਾਬਿਕ ਤੁਹਾਡੇ ਤੱਕ ਸਮਝਾ ਸਕਿਆ ਹਾਂ, ਉਹਨਾਂ ਦੀਆਂ ਪੁਸਤਕਾਂ ਦੇ ਬਾਰੇ ਵੀ ਮੈਂ ਤੁਹਾਨੂੰ ਜਿਹੜਾ ਹੈ ਦੱਸ ਦਿੱਤਾ ਹੈ ਸ਼ੁਰੂਆਤ ਦੇ ਵਿੱਚ ਹੀ, ਨਾ ਉਹਨਾਂ ਦੇ ਜਨਮ ਸਥਾਨ ਬਾਰੇ ਉਹਨਾਂ ਦੀ ਸ਼ੈਲੀ ਬਾਰੇ। ਤੋਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਬਹੁਤ ਸਾਰੇ ਬੰਦੇ ਜਿਹੜੇ ਆ ਉਹ ਲੈਕਚਰ ਨੂੰ ਸੁਣਨ ਦੀ ਬਜਾਏ ਬਹੁਤ ਸਾਰੇ ਪੋਸਟਾਂ ਆਉਣਗੀਆਂ ਜੀ, ਤੋਂ ਮੈਂ ਤਾਂ ਕੋਈ ਉੱਧਰ ਪਈ ਵਿਭਾਗ ਦੇ ਵਿੱਚ ਲੱਗਾ ਨਹੀਂ, ਆਉਣਗੀਆਂ ਜਾਂ ਨਹੀਂ ਆਉਣਗੀਆਂ, ਜਿਹੜਾ ਕੁਛ ਗਿਆਨ ਹੈ ਉਹ ਹਾਸਲ ਕਰ ਲਈਦਾ ਹੁੰਦਾ। ਬਹੁਤ ਸਾਰੇ ਮੈਸੇਜ ਤੁਹਾਡੇ ਜਿਹੜੇ ਆ ਉਹ ਇਹ ਆਉਣ ਦੀ ਬਜਾਏ ਕਿ ਸਰ ਲੈਕਚਰ ਨਾਲ ਸੰਬੰਧਿਤ ਬਹੁਤ ਸਾਰੇ ਬੰਦਿਆਂ ਦੇ ਉਹ ਜ਼ਿਆਦਾ ਇਹ ਸੀ ਕਿ ਬਸ ਸਰ ਸਾਨੂੰ ਤਾਂ ਪੋਸਟਾਂ ਦੱਸ ਦਿਓ ਜੀ ਆਉਣਗੀਆਂ ਕਿ ਨਹੀਂ ਆਉਣਗੀਆਂ, ਉਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ, ਨਾ ਮੈਂ ਉਹਦੇ ਬਾਰੇ ਕੁਛ ਕਹਿ ਸਕਦਾ ਆਉਣਗੀਆਂ ਜਾਂ ਨਹੀਂ ਆਉਣਗੀਆਂ। ਮੈਂ ਇਹ ਲੈਕਚਰ ਸੀਗਾ, ਜਿਹਨਾਂ ਬੰਦਿਆਂ ਨੇ ਸੁਣਿਆ ਉਹਨਾਂ ਨੂੰ ਸ਼ਾਇਦ ਵਧੀਆ ਲੱਗਾ ਹੋਵੇ, ਜਿਹੜੇ ਇਸੇ ਮੇਰੇ ਜਵਾਬ ਦੀ ਉਡੀਕ 'ਚ ਹੀ ਬੈਠੇ ਰਹੇ ਹੋਣਗੇ ਕਿ ਸਰ ਕਦੋਂ ਦੱਸੇ ਵੀ ਪੋਸਟਾਂ ਆ ਰਹੀਆਂ ਜਾਂ ਨਹੀਂ ਆ ਰਹੀਆਂ, ਤੇ ਉਹਨਾਂ ਬੰਦਿਆਂ ਨੂੰ ਸ਼ਾਇਦ ਇਹ ਸਮਝ ਵੀ ਨਾ ਆਇਆ ਹੋਵੇ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਧੰਨਵਾਦ, ਥੈਂਕ ਯੂ।